ਦੇਖ ਰਹੇ ਜਸ ਟੀਵੀ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਟੂ ਦਾ ਪੁਆਇੰਟ ਵਿੱਚ ਅੱਜ ਗੱਲ ਹੋਵੇਗੀ ਪੰਜਾਬ ਵਿੱਚ ਲੋਕਪਾਲ ਦੀ ਨਿਯੁਕਤੀ 'ਤੇ ਰੌਲਾ ਪਿਆ ਹੋਇਆ ਲੋਕਪਾਲ ਦੀ ਨਿਯੁਕਤੀ 'ਤੇ ਸਵਾਲ ਉੱਠ ਰਹੇ ਆ ਅਤੇ ਇਸ ਵਿਚਾਲੇ ਸਰਕਾਰ ਦਾ ਜਿਹੜਾ ਦਾਅਵਾ ਹੈਗਾ ਕਿ ਲੋਕਪਾਲ ਹੈ ਕਿ ਜਿਹੜਾ ਸੱਚਾ ਸੁੱਧਾ ਕਿਰਦਾਰ ਵਾਲਾ ਸਖਸ਼ ਹੋਵੇਗਾ ਅਤੇ ਉਸ ਦੀ ਨਿਯੁਕਤੀ ਹੈ ਜਿਹੜੀ ਉਸ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਗਾ ਪਰ ਇਤਰਾਜ਼ ਸਿਆਸੀ ਧਿਰਾਂ ਨੇ ਜਿਤਾ ਦਿੱਤਾ ਹੈਗਾ ਜਦੋਂ ਇਤਰਾਜ਼ ਹੁੰਦਾ ਤਾਂ ਫਿਰ ਸਵਾਲ ਇਹ ਉੱਠਦਾ ਕਿ ਅੱਗੇ ਜਾ ਕੇ ਲੋਕਪਾਲ ਕਿਸ ਤਰੀਕੇ ਨਾਲ ਕੰਮ ਕਰੇਗਾ ਜਦੋਂ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਦਾਅਵੇ ਕੀਤੇ ਜਾਂਦੇ ਹੋਣ ਅਤੇ ਜਦੋਂ ਲੋਕਪਾਲ ਦੀ ਨਿਯੁਕਤੀ ਲਾਜ਼ਮੀ ਹੋਵੇ ਜਦੋਂ ਲੋਕਪਾਲ ਦੀ ਗੱਲ ਦੇਸ਼ ਭਰ ਵਿੱਚ ਇੱਕ ਅੰਦੋਲਨ ਦਾ ਰਾਹ ਤਿਆਰ ਕਰ ਲੈਂਦੀ ਹੈਗੀ ਉਸ ਤੋਂ ਬਾਅਦ ਲੋਕਪਾਲ ਦੀ ਨਿਯੁਕਤੀ ਹੁੰਦੀ ਆ ਅਤੇ ਫਿਰ ਸਵਾਲ ਇਹ ਉੱਠਦੇ ਹੈਗੇ ਆ ਕਿ ਲੋਕਪਾਲ 'ਤੇ ਸਵਾਲ ਕਿਉਂ ਪੁੱਛ ਰਹੇ ਹੋ ਲੋਕਪਾਲ ਦੀ ਤੈਨਾਤੀ ਅੱਜ ਬਹਿਸ ਕਿਉਂ ਕਰ ਰਹੇ ਹਾਂ ਬਹਿਸ ਇਸ ਕਰਕੇ ਕਰ ਰਹੇ ਹਾਂ ਕਿ ਪੰਜਾਬ 'ਚ ਰਿਟਾਇਰਡ ਜਸਟਿਸ ਮਹਿਤਾਬ ਖਿਲਤੀ ਲੋਕਪਾਲ ਵਜੋਂ ਨਿਯੁਕਤੀ ਦੇ ਮੁੱਦੇ 'ਤੇ ਸਵਾਲ ਉੱਠ ਖੜੇ ਹੋਏ ਆ ਲੋਕਪਾਲ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਵਫਦ ਰਾਜਪਾਲ ਨੂੰ ਮਿਲਿਆ ਰਾਜਪਾਲ ਵੀ ਪੀ ਸਿੰਘ ਬਦਨੌਰ ਨਾਲ ਮੀਟਿੰਗ ਦੌਰਾਨ ਇਹ ਮਾਮਲਾ ਚੁੱਕਿਆ ਗਿਆ ਕਿ ਪ੍ਰਵਾਨਗੀ ਨਾ ਦਿੱਤੀ ਜਾਵੇ ਵਫਦ ਨੇ ਰਾਜਪਾਲ ਨੂੰ ਅਪੀਲ ਕੀਤੀ ਹੈ ਪੱਕੇ ਕਾਂਗਰਸੀ ਨੇ ਜਸਟਿਸ ਗਿੱਲ ਇਹਨਾਂ ਦੀ ਲੋਕਪਾਲ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਨਾ ਦਿੱਤੀ ਜਾਵੇ ਇਹ ਸਵਾਲ ਸ਼੍ਰੋਮਣੀ ਅਕਾਲੀ ਦਲ ਭਾਜਪਾ ਵਫਦ ਨੇ ਚੁੱਕਿਆ ਹੈਗਾ ਅਤੇ ਸੁਖਬੀਰ ਸਿੰਘ ਬਾਦਲ ਨੇ ਹਮਲਾ ਬੋਲਦਿਆਂ ਕਿਹਾ ਕਿ ਜਸਟਿਸ ਗਿੱਲ ਲੋੜੀਂਦੀਆਂ ਸੰਵਿਧਾਨਕ ਸਿਆਸੀ ਅਤੇ ਨੈਤਿਕ ਸ਼ਰਤਾਂ ਪੂਰੀਆਂ ਨਹੀਂ ਕਰਦੇ ਅਤੇ ਕੀ ਕੁਛ ਕਿਹਾ ਮੁਲਾਕਾਤ ਤੋਂ ਬਾਅਦ ਪਹਿਲਾਂ ਸੁਣ ਲਈਏ ਜਸਟਿਸ ਮਹਿਤਾਬ ਸਿੰਘ ਉਹ ਇਨਸਾਨ ਹੈ ਜਿਹੜਾ ਮੈਂ ਕਹਿ ਸਕਦਾ ਕਾਂਗਰਸ ਪਾਰਟੀ ਦਾ ਹਾਰਡ ਕੋਰ ਵਰਕਰ ਜਦੋਂ ਆਪ ਅਸੈਂਬਲੀ ਇਲੈਕਸ਼ਨ ਹੋਏ ਜਿਹੜੀ ਮੈਨੀਫੈਸਟੋ ਕਮੇਟੀ ਬਣਾਈ ਗਈ ਸੀ ਉਹਦਾ ਮੈਂਬਰ ਜਸਟਿਸ ਮਹਿਤਾਬ ਸਿੰਘ ਨੂੰ ਬਣਾਇਆ ਗਿਆ ਅਪੀਲ ਕੀਤੀ ਹੈ ਗਵਰਨਰ ਸਾਹਿਬ ਨੂੰ ਕਿ ਖਾਸ ਕਰਕੇ ਲੋਕਪਾਲ ਇੰਸਟੀਟਿਊਸ਼ਨ ਨੂੰ ਖਤਮ ਨਾ ਕਰੋ ਅਤੇ ਜਸਟਿਸ ਮਹਿਤਾਬ ਸਿੰਘ ਨੂੰ ਬਿਲਕੁਲ ਹੀ ਕਿਸੇ ਹਾਲ 'ਚ ਲੋਕਪਾਲ ਨਹੀਂ ਬਣਾਉਣਾ ਚਾਹੀਦਾ ਸਵਾਲ ਇਹ ਕੋਈ ਪੁੱਛਾਂਗੇ ਇਸ ਬਹਿਸ ਵਿੱਚ ਸਵਾਲ ਇਹ ਪੁੱਛਾਂਗੇ ਪੰਜਾਬ ਵਿੱਚ ਲੋਕਪਾਲ ਦੀ ਤੈਨਾਤੀ ਅਤੇ ਸਿਆਸੀ ਧਿਰਾਂ ਦਾ ਕਿੰਤੂ ਕੀ ਹੈ ਅਤੇ ਕਿੰਤੂ ਕਿਉਂ ਹੈ ਇਹ ਸਵਾਲ ਵੀ ਹੋਵੇਗਾ ਖਾਸ ਪੈਨਲ ਸਾਡੇ ਨਾਲ ਮੌਜੂਦ ਹੈਗਾ ਤੁਹਾਡਾ ਤਾਰਫ ਕਰਾ ਰਿਹਾ ਰੌਣਕੀ ਰਾਮ ਜੀ ਪ੍ਰੋਫੈਸਰ ਰੌਣਕੀ ਰਾਮ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ ਰੌਣਕੀ ਰਾਮ ਜੀ ਤੁਹਾਡਾ ਬਹੁਤ ਸਵਾਗਤ ਹੈ ਸੁਰਜੀਤ ਸਿੰਘ ਸਵੈਚ ਕਾਂਗਰਸ ਤੋਂ ਨੇ ਤਨਵੀਰ ਸਿੰਘ ਧਾਲੀਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਨੇ ਨੀਲ ਗਰਗ ਆਮ ਆਦਮੀ ਪਾਰਟੀ ਤੋਂ ਨੇ ਅਤੇ ਪ੍ਰੋਫੈਸਰ ਮਨਜੀਤ ਸਿੰਘ ਸਵਰਾਜ ਪਾਰਟੀ ਤੋਂ ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਸੁਰਜੀਤ ਸਿੰਘ ਸਵੈਚ ਜਸਟਿਸ ਮਹਿਤਾਬ ਸਿੰਘ ਗਿੱਲ ਲੋਕਪਾਲ ਵਜੋਂ ਨਿਯੁਕਤੀ ਤੁਸੀਂ ਇਹਦੀ ਪ੍ਰਵਾਨਗੀ ਲਈ ਫਾਈਲ ਰਾਜਪਾਲ ਸਾਹਿਬ ਕੋਲ ਭੇਜ ਦਿੱਤੀ ਹੈ ਦੇਖੋ ਜੀ ਲੋਕਪਾਲ ਤਾਂ ਅਸੀਂ ਅਪੁਆਇੰਟ ਕਰਨਾ ਹੀ ਹੈਗਾ ਠੀਕ ਹੈ ਨਾ ਜੀ ਉਹਦੇ ਮਤਲਬ ਜਿਹੜੀ ਪ੍ਰੋਸੈਸ ਹੈਗੀ ਹੈ ਉਹ ਚੱਲ ਰਹੀ ਹੈ ਅਪੁਆਇੰਟ ਕਰ ਦਿਆਂਗੇ ਉਹਨਾਂ ਨੂੰ ਜਸਟਿਸ ਮਹਿਤਾਬ ਸਿੰਘ ਗਿੱਲ ਦਾ ਨਾਮ ਹੀ ਹੈ ਕਿ ਕੋਈ ਹੋਰ ਨਾਮ ਤਾਂ ਨਹੀਂ ਹੈਗਾ ਇਹ ਇੱਦਾਂ ਹੁੰਦਾ ਜੀ ਕਿ ਸਿਆਸਤ ਬਿਨਾਂ ਗੱਲ ਤੋਂ ਬਾਕੀ ਹੋਵੇ ਨਹੀਂ ਦੇਖੋ ਜਿਹੜੇ ਹੁੰਦੇ ਨੇ ਨਾ ਜਿਹੜੇ ਅਪੁਆਇੰਟਮੈਂਟ ਦਾ ਪ੍ਰੋਸੀਜਰ ਹੈਗਾ ਉਹ ਕੰਸੀਡਰ ਕਰਕੇ ਇਹਦੇ ਵਿੱਚ ਜਿਹੜਾ ਚੀਫ ਜਸਟਿਸ ਦਾ ਵੀ ਰੋਲ ਹੈਗਾ ਆਪਣੇ ਹਾਈ ਕੋਰਟ ਦੇ ਜਿਹੜੇ ਹੈਗੇ ਨੇ ਮੁੱਖ ਮੰਤਰੀ ਜੀ ਅਤੇ ਸਪੀਕਰ ਸਾਹਿਬ ਜਿਹੜੇ ਹੈਗੇ ਨੇ ਅਸੈਂਬਲੀ ਦੇ ਇਹਨਾਂ ਐਕਟ ਦੇ ਮੁਤਾਬਕ ਜਿਹੜਾ ਹੈਗਾ ਉਹ ਐਕਟ ਦੇ ਮੁਤਾਬਕ ਇਹਨਾਂ ਤਿੰਨਾਂ ਦੀ ਜਿਹੜੀ ਹੈਗੀ ਹੈ ਜਿਹੜਾ ਨਾਂ ਰਿਕਮੈਂਡ ਕਰਨਾ ਹੈਗਾ ਅੱਗੇ ਗਵਰਨਰ ਸਾਹਿਬ ਨੇ ਅਪੁਆਇੰਟ ਕਰਨਾ ਹੈਗਾ ਉਹਦੇ ਮੁਤਾਬਕ ਇਹ ਤਾਂ ਜਿਹੜਾ ਅਕਾਲੀ ਦਲ ਐਵੇਂ ਹਵਾ 'ਚ ਜਿਹੜਾ ਇਹ ਡਾਂਗਾ ਮਾਰਨ ਵਾਲੀ ਗੱਲ ਹੈਗੀ ਇਹਨਾਂ ਦੀ ਕਿਉਂਕਿ ਜਿਹੜੇ ਜਸਟਿਸ ਮਹਿਤਾਬ ਸਿੰਘ ਗਿੱਲ ਹੈਗੇ ਨੇ ਚੇਅਰ ਨਾਲ ਅਸੀਂ ਅਪੁਆਇੰਟ ਕਰ ਦਈਏ ਤਾਂ ਤੇ ਮਾੜੀ ਕੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਹੈਗੀ ਮਾੜੀ ਗੱਲ ਕੋਈ ਨਹੀਂ ਹਾਂ ਉਹ ਹਾਈਕੋਰਟ ਤੋਂ ਬਤੌਰੇ ਸੀਨੀਅਰ ਕਾਫੀ ਕਈ ਸਾਲ ਰਹੇ ਨੇ ਬਤੌਰੇ ਸੀਨੀਅਰ ਜੱਜ ਰਿਟਾਇਰ ਹੋਏ ਨੇ ਤੇ ਉਹਨਾਂ ਦਾ ਉਹ ਤਾਂ ਕਹਿ ਰਹੇ ਪੱਕੇ ਕਾਂਗਰਸੀ ਨੇ ਉਹ ਤਾਂ ਤੁਸੀਂ ਉਹ ਇਹਨਾਂ ਦੇ ਕਹਿਣ ਨਾਲ ਕੀ ਫਰਕ ਪੈਂਦਾ ਜੀ ਇਹਨਾਂ ਅਕਾਲੀਆਂ ਦਾ ਇਹ ਪੂਰੇ ਪੰਜਾਬ ਦੀ ਸਿਆਸਤ ਤੋਂ ਵਿੱਚ ਅਕਾਲੀ ਦਲ ਇਰਰੈਲੀਵੈਂਟ ਹੈਗਾ ਚੋਣ ਮੈਨੀਫੈਸਟੋ ਦੀ ਜਿਹੜੀ ਟੀਮ ਬਣੀ ਹੈ ਉਹਦੇ ਵਿੱਚ ਮੈਂਬਰ ਸੀ ਕਿ ਨਹੀਂ ਸੀ ਇਹਨਾਂ ਦਾ ਬੇਟਾ ਹੁਣੇ ਹੁਣੇ ਅਪੁਆਇੰਟ ਕੀਤਾ ਐਡਵੋਕੇਟ ਐਡੀਸ਼ਨਲ ਐਡਵੋਕੇਟ ਜਨਰਲ ਮਹਿਤਾਬ ਸਿੰਘ ਗਿੱਲ ਹੋਣਾ ਦਾ ਤੁਹਾਨੂੰ ਇਹ ਦੁੱਖ ਹੈ ਕਿ ਉਹ ਤੁਹਾਨੂੰ ਇਹ ਦੁੱਖ ਹੈ ਕਿ ਕਾਂਗਰਸ ਸਪੋਰਟ ਕਰ ਰਹੀ ਸੀ ਕਿ ਇਹ ਦੁੱਖ ਹੈ ਕਿ ਫਰਜ਼ੀ ਕੇਸਾਂ ਦੀ ਪੜਾਅ ਲੱਗ ਗਈ ਇਹਨਾਂ ਦਾ ਜੇ ਉੱਤੇ ਦੇਖਿਆ ਜਾਵੇ ਸਹੀ ਦੁੱਖ ਦੱਸੋ ਦੁੱਖ ਹੈ ਕਿ ਦੁੱਖ ਇਹ ਆ ਦੁੱਖ ਇਹ ਆ ਕਿ ਪਹਿਲਾਂ ਰਵੀ ਸਿੱਧੂ ਵਾਲੇ ਕੇਸ ਦੇ ਵਿੱਚ ਵੀ ਇਹਨਾਂ ਦੀ ਇਨਵੋਲਵਮੈਂਟ ਸੀਗੀ ਤੇ ਹੋਰ ਵੀ ਕਈ ਇਹੋ ਜਿਹੇ ਇਹਨਾਂ ਦੇ ਦੇਖੋ ਜਿਹੜਾ ਕੰਟਰੋਵਰਸ਼ੀਅਲ ਇਨਸਾਨ ਹੈ ਉਹਨੂੰ ਚੇਂਜ ਕਰ ਦੇਣਾ ਚਾਹੀਦਾ ਉਹਦੇ ਵਿੱਚ ਕੀ ਦਿੱਕਤ ਆ ਜੀ ਅੱਜ ਪ੍ਰਧਾਨ ਜੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਰਾ ਵਫਦ ਦਾ ਜਿਹੜਾ ਉਹ ਮਿਲਿਆ ਗਵਰਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਕਿ ਇਹਨਾਂ ਨੂੰ ਚੇਂਜ ਕਰ ਦਿੱਤਾ ਜਾਵੇ ਸਾਨੂੰ ਇਹ ਦੇਖੋ ਇਹਨਾਂ ਦੀ ਟੀਮ ਹੈ
जस्टिस रणजीत सिंह ये हो गए, ये कैप्टन साहब के बिल्कुल राइट हैंडेड बंदे ने जी, बिल्कुल सीएम साहब के बिल्कुल क्लोज ने। ਤੁਹਾਡੇ ਕੋਲ ਕੋਈ ਹੈਗਾ ਬੰਦਾ ਜਿਹੜਾ ਦੇ ਸਕਦੇ ਹੋ ਇਹਨੂੰ? ਅਸੀਂ ਥੋੜਾ ਦੇਣਾ ਜੀ। ਇਹ ਤਾਂ ਦੇਖੋ ਇੱਕੋ ਦੇਖੋ ਜੇ ਆਪਾਂ ਲੋਕਪਾਲ ਦੇ ਉੱਤੇ ਹੀ ਆ ਕੇ ਆਪਾਂ ਆਪਦੇ ਸਪਾਰਟੀ ਬੰਦੇ ਨਾਲ ਉਤਰਾਜਾ, ਤੁਹਾਨੂੰ ਕੋਈ ਉਤਰਾਜਾ? ਸਾਨੂੰ ਉਤਰਾਜਾ ਜੀ, ਦੇਖੋ ਉਹ ਕਿਉਂਕਿ ਕੇਸਾਂ ਦੀ ਜਾਂਚ ਹੋ ਰਹੀ ਹੈ, ਇਹ ਉਤਰਾਜਾ ਤੁਸੀਂ ਸਹੀ ਸੀ ਗੱਲ ਸੁਣਾ। ਸਾਨੂੰ ਕੋਈ ਹਲੇ ਦੇਖੋ ਜੀ ਫਰਜ਼ੀ ਕੇਸਾਂ ਦੀ ਕੋਈ, ਕੈਪਟਨ ਸਾਹਿਬ ਨੂੰ ਕਲੀਨ ਚਿੱਟ ਆਪਦੇ ਆਪ ਨੂੰ ਵੀ ਲੈ ਲਈ ਅੰਮ੍ਰਿਤਸਰ ਵਾਲੇ ਇੰਪਰੂਵਮੈਂਟ ਟਰੱਸਟ ਵਾਲੇ ਕੇਸ ਚੋਂ, ਨੀਲ ਗਰਗ ਸਾਹਿਬ ਇਹ ਪੂਰਾ ਨਿਯੁਕਤੀ ਦਾ ਇੱਕ ਪ੍ਰੋਸੀਜਰ ਹੁੰਦਾ, ਹੁਣ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਆਗੂ ਨਹੀਂ ਰਹੇ, ਉਦੋਂ ਬਾਅਦ ਜਵਾਬ ਦੇ। ਹਾਂ ਮੈਂ ਬਿਲਕੁਲ ਦਿੰਦਾ। ਸਭ ਤੋਂ ਪਹਿਲਾਂ ਮੈਂ ਦੱਸਦਾ ਜਿਹੜਾ ਲੋਕਪਾਲ ਬਿੱਲ ਹੈਗਾ ਕਿ ਸਾਡੀ ਪਾਰਟੀ ਤਾਂ ਲੋਕਪਾਲ ਬਿੱਲ ਦੇ ਨਾਂ ਦੇ ਜਿਹੜਾ ਅੰਦੋਲਨ ਹੋਇਆ ਸੀ ਉਹਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈਗੀ ਹੈ, ਕਿਉਂ ਜਿਹੜਾ ਹੈਗਾ ਭ੍ਰਿਸ਼ਟਾਚਾਰ ਹੈਗਾ, ਭ੍ਰਿਸ਼ਟਾਚਾਰ ਮੈਂ ਤੁਹਾਨੂੰ ਚੈਨਲ 'ਤੇ ਇੱਕ ਵਾਰੀ ਪਹਿਲਾਂ ਵੀ ਗੱਲ ਵਿੱਚ ਦੱਸਿਆ ਸੀ, ਭ੍ਰਿਸ਼ਟਾਚਾਰ ਦੋ ਤਰ੍ਹਾਂ ਦਾ ਹੈਗਾ, ਇੱਕ ਤਾਂ ਉਹ ਭ੍ਰਿਸ਼ਟਾਚਾਰ ਆ ਜਿਹੜਾ ਥੱਲੜੇ ਪੱਧਰ 'ਤੇ ਹੈਗਾ, ਇੱਕ ਉਹ ਭ੍ਰਿਸ਼ਟਾਚਾਰ ਆ ਜਿਹੜਾ ਉੱਤਰਲੇ ਪੱਧਰ 'ਤੇ ਹੈਗਾ ਜਿੱਥੇ ਕੋਈ ਇੱਕ ਦੂਜੇ ਨੂੰ ਦੱਸਣ ਨੂੰ ਤਿਆਰ ਨਹੀਂ ਹੈਗਾ, ਉੱਥੇ ਮਤਲਬ ਪੈਸੇ ਲੈਣ ਵਾਲਾ ਜਾਂ ਪੈਸੇ ਦੇਣ ਵਾਲਾ ਦੋਨੋਂ ਹੀ ਯਾਨੀ ਕਿ ਫਾਇਦੇ ਵਿੱਚ ਹੈਗੇ ਆ। ਇਸ ਕਰਕੇ ਜਿਹੜਾ ਲੋਕਪਾਲ ਦੀ ਨਿਯੁਕਤੀ ਜਿਹੜੀ ਬਹੁਤ ਜ਼ਰੂਰੀ ਹੈਗੀ ਹੈ ਹਿੰਦੁਸਤਾਨ ਦੇ ਵਿੱਚ, ਔਰ ਲੇਕਿਨ ਉਹ ਲੋਕਪਾਲ ਇਹ ਨਹੀਂ ਜਿਹੜਾ ਪੰਜਾਬ ਦੇ ਵਿੱਚ ਹੈਗਾ, ਇਹ 1996 ਦੇ ਯਾਨੀ ਕਿ ਜਿਹੜਾ ਐਕਟ ਪਾਸ ਹੋਇਆ ਸੀ ਉਹਦੇ ਅਕੋਰਡਿੰਗਲੀ ਜਿਹੜਾ ਇੱਕ ਰਬੜ ਦੀ ਸਟੈਂਪ ਹੈਗੀ ਹੈ। ਇਸ ਤੋਂ ਇਲਾਵਾ ਇਹ ਕੁਛ ਜਿਹੜੇ ਕਿ ਲੋਕਪਾਲ ਬਿੱਲ ਦੇ ਕੋਲ ਕੋਈ ਪਾਵਰਾਂ ਨਹੀਂ ਹੈਗੀਆਂ। ਪਰ ਜਿੱਥੋਂ ਤੱਕ ਜਿਹੜਾ ਕੰਸਰਨ ਹੈਗਾ ਮਹਿਤਾਬ ਸਿੰਘ ਗਿੱਲ ਦਾ, ਬਿਲਕੁਲ ਯਾਨੀ ਕਿ ਮੈਂ ਧਾਲੀਵਾਲ ਸਾਹਿਬ ਨਾਲ ਸਹਿਮਤ ਹੈਗਾ, ਇਹਨਾਂ ਦਾ ਬਿਲਕੁਲ ਜਿਹੜਾ ਹੈਗਾ ਜਿਹੜੀ ਸਾਂਝ ਹੈਗੀ ਹੈ ਨੇੜਤਾ। ਸੋਚ ਲਓ, ਮੈਂ ਮੈਨੂੰ ਗੱਲ ਕਰ ਨੀਲਗਰ ਸਾਹਿਬ, ਨੀਲਗਰ ਸਾਹਿਬ ਮੈਨੂੰ ਸਵਾਲ ਇਹ ਨਾਲ ਸਹੀ ਹੈਗਾ, ਮੈਂ ਅੱਗੇ ਆ ਰਿਹਾ, ਸੋਚਣਾ ਤਾਂ ਪੈਣੀ ਹੈ ਤੁਹਾਨੂੰ। ਮੈਂ ਅੱਗੇ ਆ ਰਿਹਾ, ਮੈਂ ਪਹਿਲਾਂ ਵੀ ਕਿਹਾ ਸੀ ਸੁਖਪਾਲ ਸਿੰਘ, ਮੈਂ ਸੋਚ ਕੇ ਹੀ ਦੱਸਾਂਗਾ, ਤੁਸੀਂ ਮੈਨੂੰ ਜਵਾਬ ਤਾਂ ਦੇਣ ਦਿਓ। ਠੀਕ ਹੈ ਨਾ, ਇਹ ਜਗ ਜ਼ਾਹਰ ਹੈਗਾ ਕਿ ਮਹਿਤਾਬ ਸਿੰਘ ਗਿੱਲ ਦੀ ਜਿਹੜੀ ਨੇੜਤਾ ਹੈਗੀ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਹੈਗੀ ਹੈ। ਸੁਖਪਾਲ ਸਿੰਘ ਖਹਿਰਾ ਨਾਲ ਵੀ ਹੈ, ਇਹ ਉਹਨਾਂ ਨੂੰ ਪੁੱਛ ਸਕਦੇ ਤੁਸੀਂ, ਪਰ ਜਿਹੜਾ ਮੇਰਾ ਕੁਐਸਚਨ ਹੈਗਾ ਇੱਕ ਹੋਰ ਰਹੇ ਆ ਉਹ ਸੁਖਪਾਲ ਸਿੰਘ ਖਹਿਰਾ, ਸੁਖਪਾਲ ਸਿੰਘ ਖਹਿਰਾ ਸਾਡੇ ਯਾਨੀ ਕਿ ਅਪੋਜੀਸ਼ਨ ਲੀਡਰ ਰਹੇ ਹੈਗੇ ਆ, ਅੱਜ ਵੀ ਸਾਡੇ ਨਾਲ ਨੇ ਉਹ, ਠੀਕ ਹੈ ਕਿ ਨਹੀਂ, ਲੇਕਿਨ ਬਿਹਤਰ ਉਹ ਕਰ ਉਹਨਾਂ ਨੂੰ ਪੁੱਛ ਲਿਓ, ਇਹ ਬਿਹਤਰ ਉਹ ਦੱਸ ਸਕਦੇ ਮੇਰੇ ਕੋਲ ਯਾਨੀ ਕਿਦਾਂ ਦੇ ਕੋਲ ਨਹੀਂ ਕਿ ਮੈਂ ਉਦੋਂ ਉਹਨਾਂ ਦੇ ਬਿਹਾਫ ਤੇ ਕੁਝ ਦੱਸ ਸਕਾਂ, ਲੇਕਿਨ ਮੇਰਾ ਇੱਕ ਕੁਐਸਚਨ ਖਹਿਰਾ ਸਾਹਿਬ ਦੀ ਮਨਜ਼ੂਰੀ ਸੀ ਵਿੱਚ, ਸਹਿਮਤੀ ਸੀ ਖਹਿਰਾ, ਉਹਨਾਂ ਨੇ ਬਿਲਕੁਲ ਸਾਈਨ ਕੀਤੇ ਆ, ਪਰ ਉਹ ਦੱਸ ਸਕਦੇ ਉਹਨਾਂ ਨੇ ਕਿੰਨਾ ਹਾਲਾਤਾਂ 'ਚ ਕਿਉਂ ਸਾਈਨ ਕੀਤੇ, ਮੇਰੇ ਕੋਲ ਯਾਨੀ ਕਿ ਇਸ ਦੀ ਕੋਈ ਯਾਨੀ ਕਿ ਪੁਖਤਾ ਜਾਣਕਾਰੀ ਨਹੀਂ ਹੈਗੀ ਹੈ। ਪਰ ਮੈਨੂੰ ਗੱਲ ਅਗਲੀ ਜਿਹੜੀ ਮੈਂ ਕਹਿਣ ਲੱਗਾ ਵਾਂ, ਅੱਜ ਅਕਾਲੀ ਦਲ ਬਾਦਲ ਰੌਲਾ ਪਾ ਰਹੇ ਇਸ ਗੱਲ ਦੇ ਉੱਤੇ ਕਿ ਜਿਹੜਾ ਹੈਗਾ ਇਹਨਾਂ ਦੀ ਨੇੜਤਾ ਕਾਂਗਰਸ ਦੇ ਨਾਲ ਹੈਗੀ ਹੈ, ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਇਹਨਾਂ ਦੀ ਸਰਕਾਰ ਵੇਲੇ ਜਸਟਿਸ ਸੇਖੋਂ ਸੀ, ਉਹਨਾਂ ਨੂੰ ਯਾਨੀ ਕਿ ਲਗਾਇਆ ਗਿਆ ਸੀ ਯਾਨੀ ਕਿ ਲੋਕਪਾਲ ਦਾ, ਪੰਜਾਬ ਦਾ ਲੋਕਪਾਲ, ਉਹ ਤੇ ਕੈਬਨਿਟ ਮੰਤਰੀ ਦੇ ਸਕੇ ਭਰਾ ਸੀ, ਇਦੋਂ ਵੱਧ ਨੇੜਤਾ ਹੋਰ ਕੀ ਹੋ ਸਕਦੀ ਹੈ? ਸੋ ਇਹ ਲੋਕਪਾਲ ਦੇ ਨਾਂ ਤੇ, ਇਹ ਲੋਕਪਾਲ ਦੇ, ਇੱਕ ਮਿੰਟ ਸੁਣ ਲਓ, ਸੁਣਨ ਵਾਲਾ ਤਾਂ ਲੋਕਪਾਲ ਦੇ ਨਾਂ ਦੇ ਉੱਤੇ ਬੇਸਿਕਲੀ ਲੋਕਾਂ ਦੇ ਵਿੱਚ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ, ਇਸ ਤੋਂ ਕੁਛ ਨਹੀਂ। ਜੇ ਸੱਚਮੁੱਚ ਲੋਕਪਾਲ ਬਣਾਉਣਾ ਹੈ ਤਾਂ ਉਹਦੇ ਕੋਲ ਉਹ ਸ਼ਕਤੀਆਂ ਹੋਣੀਆਂ ਚਾਹੀਦੀਆਂ। ਤੁਸੀਂ ਇਹ ਕਹਿ ਰਹੇ ਹੋ ਕਿ ਲੋਕਪਾਲ ਦੇ ਨਾਂ ਤੇ ਲਿਫਾਫਾ ਹੈ ਸਿਰਫ, ਬਿਲਕੁਲ ਉਹੀ ਹੈ। ਉਸ ਤੋਂ ਬਾਅਦ ਰਸ਼ਮ ਜੀ ਸਿੰਘ ਕੀ ਟਿੱਪਣੀ ਕਰੋਗੇ ਤੁਸੀਂ, ਇਹ ਸਿਆਸਤ ਜਿਹੜੀ ਹੋ ਰਹੀ ਹੈ ਤਾਂ ਮਤਲਬ ਹੈ ਕੀ ਹੈ? ਕੇਪੀ ਸਿੰਘ, ਇਹ ਨਾ ਜਿਹੜਾ ਫਰੈਂਡਲੀ ਮੈਚ ਆ, ਕੋਈ ਇਹਦੇ 'ਚ ਨਹੀਂ ਰੌਲਾ ਰੱਪਾ ਆ। ਅਖਬਾਰਾਂ ਦੀਆਂ ਮੀਡੀਆ ਦੀਆਂ ਸੁਰਖੀਆਂ, ਮੈਨੂੰ ਇਹ ਦੱਸੋ ਇੱਥੇ ਹਿਊਮਨ ਰਾਈਟਸ ਕਮਿਸ਼ਨ ਆ ਤੇ ਕਿਹੜੇ ਹਿਊਮਨ ਰਾਈਟਸ ਦੀ, ਮਨੁੱਖੀ ਅਧਿਕਾਰ ਦੀ ਇੱਥੇ ਵਾਇਲੇਸ਼ਨ ਨਹੀਂ ਹੋਈ? 1996 ਤੋਂ ਲੋਕਪਾਲ ਲੱਗਦੇ ਰਹੇ, ਮੇਰਾ ਖਿਆਲ ਇਹ 6ਵਾਂ ਕਿ 7ਵਾਂ ਲੋਕਪਾਲ ਲੱਗਣਾ ਹੁਣ, ਤੇ ਕੀ ਕਰਪਸ਼ਨ ਖਤਮ ਹੋ ਗਈ? ਤੇ ਤੁਸੀਂ ਕਦੀ ਸੋਚਿਆ, ਕਦੀ ਸੁਣਿਆ ਇੱਥੇ ਕਿ ਲੋਕਪਾਲ ਨੇ ਕੋਈ ਕਰਪਸ਼ਨ ਖਤਮ ਕੀਤੀ ਹੋਵੇ ਪੰਜਾਬ ਦੇ ਵਿੱਚ? ਵਧੀ ਜ਼ਰੂਰ ਹੈਗੀ ਆ, ਆਪਾਂ ਸਾਰੇ ਦੇਖਦੇ ਹਾਂ। ਔਰ ਜਿਹੜਾ ਬੰਦਾ ਲਾਉਣਾ ਹੀ ਪੋਲੀਟੀਸ਼ੀਅਨ ਨੇ ਆ, ਲਾਉਣਾ ਚੀਫ ਮਿਨਿਸਟਰ ਨੇ ਆ, ਸਪੀਕਰ ਨਾਲ ਗੱਲ ਕਰਕੇ ਲਾਉਣਾ, ਔਰ ਚੀਫ ਜਸਟਿਸ ਨਾਲ ਭਾਵੇਂ ਜਿਹੜਾ ਜਿਹੜੇ ਸਟੇਟ ਦਾ ਹਰਿਆਣਾ ਪੰਜਾਬ ਹਾਈ ਕੋਰਟ ਦੇ ਚੀਫ ਜਸਟਿਸ ਨਾਲ ਗੱਲ ਕਰਕੇ ਲੱਗਣਾ, ਤਾਂ ਫਿਰ ਜਦੋਂ ਜਾਣਾ ਹੀ, ਜਿਹਦੀ ਨੋਮੀਨੇਸ਼ਨ ਹੀ ਜਿਹੜੀ ਪੋਲੀਟੀਕਲ ਬੰਦਿਆਂ ਨੇ ਲਾਉਣੀ ਆ, ਉਹ ਪੋਲੀਟੀਕਲ ਬੰਦਿਆਂ ਦੀ ਸਰਕਾਰ ਦੀ, ਜਿਹੜੇ ਸਰਕਾਰੀ ਅਮਲਾ ਫੈਲਾਇਆ ਉਹਦੀ ਕਿਹੜੀ ਕਰਪਸ਼ਨ ਸਰਕਾਰੀ ਤੋਤਾ ਮੰਨਦੇ ਹੋ? ਮੈਂ ਨਹੀਂ, ਤੋਤਾ ਹੀ ਨਹੀਂ, ਬਿਲਕੁਲ ਚਿੱਟਾ ਹਾਥੀ। ਕਿਸੇ ਲੋਕਾਂ ਨੂੰ ਮਾੜਾ ਮੋਟਾ ਖੁਸ਼ ਕਰਨ ਲਈ 6 ਸਾਲ ਲਈ ਉਹਨਾਂ ਨੇ ਅਪੁਆਇੰਟਮੈਂਟ ਕਰਨੀ ਆ। ਮੈਂ 3 ਕਮੀ ਇਹੋ ਜਿਹੇ ਜਿਹੜੇ ਹੋਰ ਦੱਸਦਾ ਨਾ, ਹਿਊਮਨ ਰਾਈਟਸ ਕਮਿਸ਼ਨ, ਕੋਈ ਉਹਦੇ ਕੋਲ ਕੰਮ ਨਹੀਂ, ਕੋਈ ਉਹਦੇ ਅਜੇ ਤੱਕ ਕੋਈ ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਨੂੰ ਨਹੀਂ ਰੋਕ ਸਕਿਆ। ਐਸਸੀ ਕਮਿਸ਼ਨ ਆ, ਐਸਟੀ ਕਮਿਸ਼ਨ ਆ, ਟੁੱਥਲੈਸ ਹੈਗੇ ਆ, ਇੱਕ ਚੌਥਾ ਹਾਥੀ ਹੋਰ ਹੈਗਾ। ਮਤਲਬ ਇਹ, ਮੈਂ ਨਹੀਂ ਕਹਿੰਦਾ ਇਹਨਾਂ ਨੂੰ ਬੰਦ ਕਰ ਦਿਓ, ਮੈਂ ਕਹਿੰਦਾ ਵੀ ਇਹਨਾਂ ਨੂੰ ਇਫੈਕਟਿਵ ਬਣਾਓ, ਉਹਨਾਂ ਨੂੰ ਅਧਿਕਾਰ ਦਿਓ। ਜਨ ਲੋਕਪਾਲ ਦੀ ਇਹਨੂੰ ਦੱਸਣਾ ਚਾਹੀਦਾ ਸੀਗਾ ਹੋਰ ਨੀਲ ਗਰਗ ਨੂੰ, ਉਹ ਇੱਕ ਅਲੱਗ ਗੱਲ ਸੀ। ਉਹਦੇ ਥੱਲੇ ਉਹ ਪੁਲਿਸ ਨੂੰ ਲਿਆਉਣਾ ਚਾਹੁੰਦੇ ਸੀ, ਉਹਦੇ ਥੱਲੇ ਉਹ CBC ਨੂੰ, CBI ਨੂੰ ਲਿਆ ਕੇ ਬੜਾ ਉਹਨੂੰ ਇੱਕ ਸਸ਼ਕਤ ਬਣਾਉਣਾ ਚਾਹੁੰਦੀ, ਹਾਲਾਂਕਿ ਉਹਦੇ ਆਪਣੇ ਖਤਰੇ ਸੀਗੇ। ਪਰ ਉਹ ਜਨ ਲੋਕਪਾਲ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਕੇਜਰੀਵਾਲ ਨੇ ਚਲਾਉਣਾ ਸੀ, ਜਦੋਂ ਉਹ ਵੀ
ਬਣਾਉਣ ਲੱਗੇ ਉਹਨਾਂ ਨੇ ਉਹਨੂੰ ਡਿਲੀਟ ਕੀਤਾ। ਔਰ ਮੈਂ ਅਤੇ ਹੋਰ ਜਿਹੜੇ ਵੀ ਜੋਗਿੰਦਰ ਯਾਦਵ ਅਤੇ ਜਿਹੜੇ ਪ੍ਰਸ਼ਾਂਤ ਭੂਸ਼ਣ ਸਾਰਿਆਂ ਨੇ ਮੁਜ਼ਾਹਰਾ ਕੀਤਾ ਸੀ ਅਤੇ ਥੋੜ੍ਹਾ ਜਿਹਾ ਥਾਣੇ 'ਚ ਵੀ ਜਾ ਕੇ ਆਏ ਸੀ ਕਿ ਉਹ ਜਨ ਲੋਕਪਾਲ ਨਹੀਂ ਜਿਹੜਾ ਅੱਜ ਕੇਜਰੀਵਾਲ ਪਾਸ ਕਰ ਰਿਹਾ, ਕਿਉਂਕਿ ਉਹਦੇ 'ਚ ਫਿਰ ਪੋਲੀਟੀਕਲ ਕੰਟਰੋਲ ਹੋ ਗਿਆ ਜਿਹੜਾ ਉਹਦਾ ਮਸੌਦਾ ਹੋਰ ਸੀ। ਬਿਲਕੁਲ, ਇਸ ਕਰਕੇ ਮੈਨੂੰ ਲੱਗਦਾ ਕਿ ਇਹ ਸਾਰਾ ਡਰਾਮਾਬਾਜ਼ੀ ਹੈ ਔਰ ਸਟੇਟ ਦੇ ਪੈਸੇ ਜਿਹੜੇ ਲੋਕਾਂ ਦੇ ਹਾਰਡ ਇਨ ਇਹਨਾਂ ਨੂੰ ਦੇਣੇ ਆ। ਹੋਰ ਗੱਲ ਮਹੱਤਵਪੂਰਨ ਸਵਾਲ ਆ, ਤੁਸੀਂ ਡਰਾਮਾ ਕਹਿ ਰਹੇ ਹੋ, ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਤੁਹਾਡਾ ਪੈਸਾ, ਟੈਕਸਪੇਅਰ ਦਾ ਪੈਸਾ, ਜੋ ਤੁਹਾਡੇ ਪੈਸੇ ਦੀ ਬਰਬਾਦੀ ਹੁੰਦੀ ਹੈ, ਫਿਰ ਅਸੀਂ ਤਾਂ ਸਵਾਲ ਪੁੱਛਾਂਗੇ। ਤੁਹਾਨੂੰ ਲੋਕਪਾਲ ਹਜੇ ਤੱਕ ਦੱਸਿਆ ਨਹੀਂ ਗਿਆ ਹੋਊਗਾ ਲੋਕਪਾਲ ਕੰਮ ਕੀ ਕਰਦਾ ਹੈ, ਬ੍ਰੇਕ ਤੋਂ ਵਾਪਸ ਆ ਕੇ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਲੋਕਪਾਲ ਦਾ ਕੰਮ ਹੈ ਕੀ ਅਤੇ ਲੋਕਪਾਲ ਕੰਮ ਕਰਦਾ ਕਿਵੇਂ ਹੈ ਅਤੇ ਲੋਕਪਾਲ ਤੋਂ ਕੰਮ ਕਰਵਾਇਆ ਕੌਣ, ਕਰਵਾ ਕੌਣ ਰਿਹਾ ਹੈਗਾ। ਸਵਾਲ ਬਹੁਤ ਸਾਰੇ ਹੈਗੇ ਆ, ਲੋਕਪਾਲ 'ਤੇ ਸਵਾਲ ਕਿਉਂ। ਪੰਜਾਬ ਵਿੱਚ ਲੋਕਪਾਲ ਦੀ ਤੈਨਾਤੀ ਦੀ ਸਿਆਸੀ ਧਿਰਾਂ ਦਾ ਕਿੰਤੂ ਕੀ ਹੈ? ਰੌਣਕੀ ਰਾਮ ਸਾਹਿਬ, ਸਵਾਲ ਇਹ ਹੈਗਾ ਲੋਕਪਾਲ ਕੰਮ ਕਿਵੇਂ ਕਰਦਾ, ਲੋਕਪਾਲ 'ਤੇ ਖਰਚਾ ਕਿੰਨਾ ਆਉਂਦਾ? ਕਿਉਂਕਿ ਜਦੋਂ ਪੰਜਾਬ ਦੇ ਖਜ਼ਾਨੇ ਦੀ ਗੱਲ ਆਉਂਦੀ ਹੈ, ਜਦੋਂ ਇਹੋ ਜਿਹੇ ਕਮਿਸ਼ਨਾਂ ਦਾ ਜ਼ਿਕਰ ਹੁੰਦਾ, ਲੋਕਪਾਲ ਦਾ ਜ਼ਿਕਰ ਹੁੰਦਾ, ਹਿਊਮਨ ਰਾਈਟਸ ਕਮਿਸ਼ਨ ਦਾ ਜ਼ਿਕਰ ਹੁੰਦਾ, SC/ST ਕਮਿਸ਼ਨ ਦਾ ਜ਼ਿਕਰ ਹੁੰਦਾ, ਲੋਕਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਕੰਮ ਕਿਸ ਤਰੀਕੇ ਨਾਲ ਕਰਦਾ। ਬਹੁਤ ਸਾਰੀਆਂ ਜਿਹੜੀਆਂ ਇੰਸਟੀਟਿਊਸ਼ਨ ਨੇ ਜਾਂ ਬਹੁਤ ਸਾਰੀਆਂ ਸੰਸਥਾਵਾਂ ਨੇ, ਕਿਉਂਕਿ ਜਦੋਂ ਤੁਸੀਂ ਸਮਾਜ ਨੂੰ ਐਡਮਿਨਿਸਟ੍ਰੇਸ਼ਨ ਦੇਣਾ ਹੈ ਤਾਂ ਬਹੁਤ ਤੁਹਾਨੂੰ ਉਹ ਸੰਸਥਾਵਾਂ ਦੀ ਜ਼ਰੂਰਤ ਪੈਂਦੀ ਹੈ। ਤੁਸੀਂ ਵਿੱਦਿਅਕ ਅਦਾਰੇ ਲੈ ਲਓ, ਪ੍ਰਾਇਮਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਕਿੰਨੇ ਅਦਾਰੇ ਬਣੇ ਹੋਏ ਨੇ। ਤੁਸੀਂ ਅਦਾਲਤਾਂ ਲੈ ਲਓ, ਲੋਕਲ ਕੋਰਟਸ ਲੈ ਕੇ ਸੁਪਰੀਮ ਕੋਰਟ ਤੱਕ, ਤੁਸੀਂ ਇਸ ਤਰ੍ਹਾਂ ਹੀ ਹੋਰ ਮਹਿਕਮੇ ਲੈ ਲਓ, ਬਹੁਤ ਸਾਰੇ ਅਦਾਰੇ ਨੇ, ਉਹਨਾਂ ਦਾ ਇੱਕ ਪ੍ਰੋਸੀਜਰ ਹੈ। ਕਿਉਂਕਿ ਤੁਸੀਂ ਇੱਕ ਨੇਸ਼ਨ ਨੂੰ, ਜਿਹਦੀ ਆਬਾਦੀ ਸਾਡੇ ਭਾਰਤ ਦੀ 110 ਕਰੋੜ ਆਬਾਦੀ ਹੈ, ਉਹ ਤੋਂ ਜ਼ਿਆਦਾ ਆਬਾਦੀ ਹੈ, ਉਹਦੀ ਗੱਲ 130 ਕਰੋੜ, ਉਹਦੀ ਆਬਾਦੀ ਦੀ ਗੱਲ ਤੁਸੀਂ ਕਰਨੀ ਆ, ਉਹਦੇ 'ਚ ਇੰਨੇ ਲੋਕ ਬੈਠੇ ਨੇ, ਤਾਂ ਤੁਹਾਨੂੰ ਉਹ ਸੰਸਥਾਵਾਂ ਬਣਾਉਣੀਆਂ ਪੈਣੀਆਂ ਨੇ। ਹੁਣ ਦੂਸਰੀ ਗੱਲ ਇਹ ਹੈ ਕਿ ਉਹ ਸੰਸਥਾਵਾਂ ਦਾ ਜਿਹੜਾ ਯੋਗਦਾਨ ਹੈ ਉਹ ਲੋਕਾਂ ਦੀ ਐਕਸਪੈਕਟੇਸ਼ਨ ਤੱਕ ਕਿਵੇਂ ਉਤਰਦਾ ਹੈ? ਸੰਸਥਾਵਾਂ ਨੂੰ ਬਣਾਉਣ ਵਾਲੇ ਸਰਕਾਰਾਂ ਦੇ ਸੰਵਿਧਾਨ ਦੇ ਤਹਿਤ ਬਣੀਆਂ ਨੇ, ਲੋਕਾਂ ਦੀ ਸ਼ਮੂਲੀਅਤ ਹੋਣੀ ਆ। ਹੁਣ ਜਿਹੜੀ ਪ੍ਰੋਫੈਸਰ ਸਾਹਿਬ ਨੇ ਗੱਲ ਕਹੀ ਆ ਕਿ ਇਹ ਕਰਦੇ ਕੀ ਨੇ, ਕੀ ਰੋਲ ਹੈ, ਡਰਾਮਾ ਕਹਿ ਰਹੇ, ਹਾਂਜੀ ਹਾਂਜੀ, ਉਦਾਂ ਉਹ ਵਾਈਟ ਹਾਥੀ ਨੇ। ਅਸੀਂ ਬਹੁਤ ਸਾਰੇ ਸਾਡੇ ਪਾਸ ਇਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਕਿ ਸਾਡੇ ਜਿਹੜੇ ਸਕੂਲ ਹੈ ਉਹ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਤੱਕ ਕੀ ਵਿੱਦਿਆ ਦੇ ਰਹੇ ਨੇ, ਕੀ ਸਿਸਟਮ ਹੈ, ਉਹ ਦੇਣੀ ਕਿਹੜੀ ਹੈਗੀ ਆ। ਸੰਸਥਾ ਤਾਂ ਇੱਕ ਸੰਸਥਾ ਹੈ, ਉਹਦੇ 'ਚ ਬੈਠੇ ਹਿਊਮਨ ਬੀਇੰਗ ਹੈ, ਇਨਸਾਨ ਹੈ, ਉੱਥੇ ਬੈਠਣਗੇ। ਹੁਣ ਉਹ ਜਿਹੜੇ ਸਮੱਸਿਆ ਇਹ ਆ, ਜਿੱਦਾਂ ਸਾਡੇ ਨਾਲ ਹੋਰ ਸਾਥੀ ਬੈਠੇ ਨੇ, ਉਹਨਾਂ ਨੇ ਕਿਹਾ ਕਿ ਉਹ ਕਾਂਗਰਸੀ ਨੇ। ਹੁਣ ਹਾਲਾਤ ਇਹ ਹੈ ਕਿ ਜਦੋਂ ਅਸੀਂ ਇਹ ਸੰਸਥਾ ਬਣੂਗੀ ਕਿਵੇਂ ਸੰਭਵ ਹੋਏਗਾ? ਕੋਈ ਪਰਟੀਕੁਲਰ ਜਿਹੜਾ ਆਫਿਸਰ ਲਗਾਉਣਾ ਹੈ ਉਹਦੇ ਕੋਈ ਪੋਲੀਟੀਕਲ ਵਿਚਾਰ ਨਾ ਹੋਣਗੇ, ਜ਼ਰੂਰ ਹੋਣਗੇ, ABCD ਹੋਣਗੇ। ਹੁਣ ਸਮੱਸਿਆ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਪੋਲੀਟੀਕਲ ਵਿਚਾਰ ਰੱਖਦੇ ਆ ਕਿ ਤੁਸੀਂ ਉਸ ਪੋਲੀਟੀਕਲ ਵਿਚਾਰਧਾਰਾ ਦੀ ਜਿਹੜੀ ਸੰਸਥਾ ਹੈ ਉਹਦੇ ਮੈਂਬਰ ਹੋ, ਪੁਖਤੀ ਮੈਂਬਰ ਹੋ, ਤੁਸੀਂ ਉਹਦੀ ਪ੍ਰਾਇਮਰੀ ਮੈਂਬਰਸ਼ਿਪ ਲਈ ਹੋਈ ਆ, ਜੇ ਤੁਸੀਂ ਉਹਨਾਂ ਦਾ ਵਿਚਾਰ ਵਟਾਂਦਰਾ ਕਰਦੇ ਹੋ ਜਾਂ ਇਸ ਤਰ੍ਹਾਂ ਦੀਆਂ ਤੁਹਾਡੀਆਂ ਉਹਦੇ ਨਾਲ ਵਿਚਾਰ ਰਹਿੰਦੇ ਹੋ, ਤਾਂ ਸੰਵਿਧਾਨਕ ਤੌਰ ਦੇ ਉੱਤੇ ਅਸੀਂ ਕਿਵੇਂ ਉਹਨੂੰ ਪ੍ਰੂਵ ਕਰਾਂਗੇ? ਇਹ ਬਹੁਤ ਵੱਡੇ ਮੁੱਦੇ ਨੇ। ਇਹਦੇ ਨਾਲ ਤਾਂ ਸਾਨੂੰ ਲੱਗਣਾ ਕੁਛ ਨਹੀਂ ਹੈਗਾ, ਕਿਉਂਕਿ ਅਕਸਰ ਮੰਨਿਆ ਜਾਂਦਾ ਹੈ ਸੰਸਥਾ ਦੇ ਵਿੱਚ ਜੋ ਵੀ ਅਫਸਰ ਟੌਪ 'ਤੇ ਆਉਂਦਾ ਉਹਨੂੰ ਕਿਹਾ ਜਾਂਦਾ ਕਿ ਇਹ ਜਾਂ ਤਾਂ ਪ੍ਰੈਜ਼ੀਡੈਂਟ ਸਰਕਾਰ ਦਾ ਬੰਦਾ ਹੈ ਜਾਂ ਓਪੋਜੀਸ਼ਨ ਬੰਦਾ ਹੈ, ਤਾਂ ਇਸ ਕਰਕੇ ਸਮੱਸਿਆ ਹੁੰਦੀ ਹੈ। ਰੋਲਾ ਲੱਗਦਾ ਹੈ, ਤਾਂ ਮੈਨੂੰ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੀਆਂ ਸਾਡੇ ਭਾਰਤ ਵਿੱਚ ਇਹ ਗੱਲ ਉੱਠੀ ਆ, ਉਹ ਕਿਉਂ ਉੱਠੀ ਆ ਕਿ ਸਾਡੇ ਅਦਾਲਤਾਂ ਨੇ, ਕੋਰਟ ਨੇ, ਉਹਨਾਂ 'ਚ ਬਹੁਤ ਸਾਰੇ ਕੇਸਿਸ ਨੇ ਜਿਹੜੇ ਬਹੁਤ ਸਮੇਂ ਤੋਂ ਲਟਕੇ ਆ ਰਹੇ ਨੇ, ਅਦਾਲਤਾਂ ਵਿੱਚ ਜੱਜਸ ਦੀ ਨਿਯੁਕਤੀ ਘੱਟ ਹੈ, ਇਹ ਕਰਪਸ਼ਨ ਜਿਹੜੀ ਹੈਗੀ ਨਾ ਇਹ ਬਹੁਤ ਸੰਗੀਨ ਮੁੱਦਾ ਹੈ, ਇਸ ਲਈ ਕਰਪਸ਼ਨ ਨੂੰ ਹੱਲ ਕਰਨ ਵਾਸਤੇ ਇੱਕ ਲੋਕ ਬੜਾ ਇੱਕ ਮੈਨੀਫੈਸਟੋ ਸੈੱਟ ਕਰਨਾ ਛੋਟੀ ਮੋਟੀ ਚੀਜ਼ ਨਹੀਂ ਹੁੰਦੀ। ਪਾਰਟੀ ਨੇ ਜਿਹਦੇ ਸਿਰ ਦੇ ਉੱਤੇ ਇਲੈਕਸ਼ਨ ਲੜਨੀ ਹੁੰਦੀ ਹੈ, ਬੜੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਚੋਣ ਮੈਨੀਫੈਸਟੋ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਮੇਨ ਮੈਂਬਰ ਸੀ, ਅਤੇ ਉਹਨਾਂ ਨੇ ਹੀ ਚੋਣ ਮੈਨੀਫੈਸਟੋ ਪਾਰਟੀ ਦਾ, ਉਹ ਵੀ ਝੂਠਾ, ਜਿਹੜੇ ਇਹਨਾਂ ਨੇ ਵਾਅਦੇ ਸੈੱਟ ਕੀਤੇ ਨੇ ਜਿਹੜੇ ਚੋਣ ਮੈਨੀਫੈਸਟੋ 'ਚ ਆਏ ਸੀ, ਉਹ ਝੂਠ ਦਾ ਪਲੰਦਾ ਉਹਨਾਂ ਨੇ ਝੂਠ ਦਾ ਪਲੰਦਾ। ਮੈਂ ਪਹਿਲਾਂ ਵੀ ਸਵਾਲ ਕੀਤਾ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੰਦੇ ਪਏ। ਮੈਂ ਪਹਿਲਾਂ ਵੀ ਸਵਾਲ ਕੀਤਾ ਸੀਗਾ, ਜਿਹੜੀ ਫਰਜ਼ੀ ਕੇਸਾਂ ਦੀ ਜਾਂਚ ਪੜਤਾਲ ਹੋਈ ਹੈ ਅਕਾਲੀ ਦਲ ਨੂੰ ਉਸ ਗੱਲ ਦਾ ਦੁੱਖ ਹੈ? ਸਾਨੂੰ ਕੋਈ ਦੁੱਖ ਨਹੀਂ ਹੈ ਜੀ, ਦੇਖੋ ਉਹ ਜਿਹੜੀ ਵੀ ਜਾਂਚ ਕਰਨੀ ਹੈ ਉਹਨਾਂ ਨੇ ਉਹ ਕਰਨ, ਜੋ ਉਹਨਾਂ ਨੇ ਕਰਨਾ ਕਰ ਲੈਣ। ਦੇਖੋ ਮੇਰੇ ਭਾਈ ਸਾਹਿਬ ਨੇ ਪਹਿਲਾਂ ਬੜੇ ਕਾਬਲ, ਸਾਡੇ ਬੜੇ ਸਤਿਕਾਰਯੋਗ ਨੇ, ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹਨੂੰ ਅਪੁਆਇੰਟ ਹੀ ਜਿਸ ਬੰਦੇ ਨੂੰ
सीएम ने करना, स्पीकर ने मंजूरी देनी है, तो उन्होंने एक चीफ जस्टिस साहब की तो एक उन्होंने मैं समझता कि एक हाँ जहाँ ही मिलानी है भाई साहब हो गए भाई साहब हो गए उन्होंने तो मंजूरी दिती है वह तो हम कुछ कह नहीं सकते उन्होंने तो मंजूरी दी है। मैं उन्होंने गल कर रहा मेरी गल कर अच्छा प्रेस साहब की गल कर रहा वो तो भाई साहब है ये तो नहीं भाई साहब हो गए मैं तो शायद कोई गल देखो इनना दा देखो मेरी बेनती है कि जेड़ी चीज वास्ते ये कहंदे इन्होंने अंदोलन किया इन्हों की पार्टी ने नहीं किया वो अन्ना हजारे जी का अंदोलन सीगा जेड़ा इंडिपेंडेंट लोकपाल लैके आना तो जे कोई इंडिपेंडेंट बॉडी या जे कोई संस्था काम करना चाहती है तो कर लैन देना चाहिए उहदे विच कॉन्ट्रोवर्शियल बंदा नहीं लाना चाहिए जेड़ा कि बिल्कुल ही फिर तो खारिज किया ठीक है तुसी जस्टिस महताब सिंह गिल नूं लैके एक जांच कमिशन बिठाता उन ते भी सवाल उठते हैं हुण तुसी लोकपाल दी नियुक्ति कर रहे हो उन ते भी सवाल उठते पे तुहाडे हर काम ते सवाल उठते कि जानवे कि तुसी रोला पाउणा चाहुंदे हो कोई होर मुद्दे की गल ही ना होवे नहीं देखो सब तो पहली गल तां जो अकाली दल ने यह की है कि जस्टिस गिल इन्हां दे मैनीफेस्टो जिहड़ा कमेटी सीगे उन्हां दे विच रोल सीगा जिहड़ा मैनीफेस्टो कमेटी सी उहदे साडे चेयरमैन सीगे मनप्रीत सिंह बादल जी साडे फाइनेंस मिनिस्टर ने किसी भी एक्सपर्ट जो मैनीफेस्टो बनता बहुत सारे एक्सपर्ट्स का डिफरेंट फील्ड्स तो विचार लिया जाए ने तो विचार लेना कोई माड़ी गल नहीं हैगी है जितों तक जस्टिस गिल का जिहड़ा हुण तक का एज ए बतौर जस्टिस जो हाई कोर्ट रहे ने ਉਹਦਾ ਰਿਕਾਰਡ ਚੀਫ ਜਸਟਿਸ ਕੋਲ ਹੁੰਦਾ ਇਸੇ ਕਰਕੇ ਕਮੇਟੀ ਦੇ ਮੈਂਬਰ ਸੀ ਨਹੀਂ ਨਹੀਂ ਇਹਨਾਂ ਦੇ ਐਕਸਪਰਟ ਜਿਹੜੇ ਹੈਗੇ ਨਾ ਛੋਟੀ ਜੀ ਗੱਲ ਜਿਸ ਦਿਨ ਰਿਲੀਜ਼ ਹੋਇਆ ਮੈਨੂੰ ਮੈਨੂੰ ਗੱਲ ਪੂਰੀ ਕਰ ਲਓ ਇਹ ਜਸਟਿਸ ਸਾਹਿਬ ਉੱਥੇ ਮੌਜੂਦ ਸਹੀ ਕਿ ਨਹੀਂ ਹੋ ਗਿਆ ਫਿਰ ਕੀ ਹੋ ਗਿਆ ਮੌਜੂਦ ਹੋਣਾ ਕੀ ਹੋ ਗਿਆ ਤੇ ਕੀ ਬਣਿਆ ਅੱਛਾ ਉੱਥੇ ਉੱਥੇ ਕੋਈ ਜਾ ਸਕਦਾ ਸੀ ਕਿਉਂਕਿ ਚਲੋ ਸਵੈਤ ਸਾਹਿਬ ਇੱਕ ਮਿੰਟ ਆਈ ਆ ਹਾਂ ਪੁਆਇੰਟ ਤੁਸੀਂ ਇਹ ਮੰਨਦੇ ਪਏ ਹੋ ਕਿ ਜਸਟਿਸ ਮਹਿਤਾਬ ਸਿੰਘ ਗਿੱਲ ਮੈਨੀਫੈਸਟੋ ਜੋ ਰਿਲੀਜ਼ ਹੁੰਦਾ ਉਦੋਂ ਉੱਥੇ ਮੌਜੂਦ ਸੀ ਉਹ ਕਹਿੰਦੇ ਨੇ ਬਈ ਫੋਟਾ ਸੀ ਕਿ ਤਾਂ ਕੀ ਹੋਇਆ ਜੇ ਮੌਜੂਦ ਹੈਗੇ ਚਲ ਮੰਨ ਕੇ ਚਲੋ ਨਹੀਂ ਗੱਲ ਮੰਨਣਾ ਕਿਉਂ ਜਿਹੜੀ ਮੌਜੂਦ ਹੈਗੇ ਜਸਟਿਸ ਮਹਿਤਾਬ ਸਿੰਘ ਗਿੱਲ ਉੱਥੇ ਮੌਜੂਦ ਸੀ ਜਦੋਂ ਮੈਨੀਫੈਸਟੋ ਰਿਲੀਜ਼ ਕੀਤਾ ਜੀ ਚਲੋ ਇਹ ਇੱਕ ਪੁਆਇੰਟ ਹੋ ਗਿਆ ਮੈਂ ਪੁਆਇੰਟ ਟੂ ਪੁਆਇੰਟ ਗੱਲ ਮੈਨੂੰ ਗੱਲ ਸੁਣ ਲਓ ਮੇਰੀ ਗੱਲ ਸੁਣੋ ਇਹ ਅਕਾਲੀ ਦਲ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਮੇਨ ਮਕਸਦ ਇਹ ਹੈਗਾ ਜੋ ਇਹਨਾਂ ਦੀਆਂ ਇਨਕੁਆਇਰੀਆਂ 4000 ਕੇਸ ਇਹਨਾਂ ਦੇ ਜਿਹੜੇ ਸਮੇਂ ਦੇ ਦੌਰਾਨ ਲੋਕਾਂ ਨੇ ਝੂਠੇ ਕੇਸਾਂ ਦੀਆਂ ਕੰਪਲੇਂਟਾਂ ਜਸਟਿਸ ਗਿੱਲ ਕੋਲ ਪਾਈਆਂ ਉਹਦੇ ਵਿੱਚੋਂ ਕਿੰਨੀਆਂ ਕੰਪਲੇਂਟਾਂ ਇਹ ਆਈਆਂ ਕਿ ਹਾਂ ਇਹਨਾਂ ਨੇ ਝੂਠੇ ਪਰਚੇ ਕਟਾਏ ਅਤੇ ਪੋਲੀਟੀਕਲ ਵੈਂਡੇਟਾ ਜਿਹੜਾ ਹੈਗਾ ਉਹ ਸਾਬਤ ਹੋਇਆ ਇਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਇਸ ਕਰਕੇ ਵਾਰ ਵਾਰ ਇਹ ਇਸ ਗੱਲ ਦਾ ਜਿਹੜਾ ਵਿਰੋਧ ਕਰ ਰਹੇ ਜਸਟਿਸ ਗਿੱਲ ਦਾ ਜਸਟਿਸ ਗਿੱਲ ਦਾ ਰਿਕਾਰਡ ਦੇਖ ਲਓ ਹਾਈ ਕੋਰਟ ਦਾ ਰਿਕਾਰਡ ਦੇਖ ਲਓ ਸਾਰੀ ਜਿੱਦਾਂ ਉਹਨੇ ਹਜ਼ਾਰਾਂ ਕੇਸਾਂ ਦਾ ਫੈਸਲਾ ਕੀਤਾ ਕਿਤੇ ਵੀ ਕਿਸੇ ਦੇ ਕਿਤੇ ਉਂਗਲੀ ਉਠਾਈ ਹੋਵੇ ਇਹਨਾਂ 'ਤੇ ਕਿਉਂਕਿ ਜਦੋਂ ਇਹ ਬੜੇ ਜ਼ਿੰਮੇਵਾਰ ਅਫਸਰ ਹੁੰਦੇ ਨੇ ਜ਼ਿੰਮੇਵਾਰ ਜਿਹੜੇ ਜੱਜ ਦਾ ਜਿਹੜਾ ਹਾਈ ਕੋਰਟ ਦੇ ਖਾਸ ਕਰ ਹਾਈ ਕੋਰਟ ਸੁਪਰੀਮ ਕੋਰਟ ਦਾ ਜਿਹੜਾ ਅਹੁਦਾ ਹੁੰਦਾ ਹੈ ਉਸ ਤੋਂ ਪਹਿਲਾਂ ਜਿਹੜਾ ਵਕੀਲਾਂ ਨੂੰ ਸਿਲੈਕਟ ਹੁੰਦੇ ਨੇ ਉਹਨਾਂ ਦੇ ਸਵਾਲ ਤੋਂ ਨਾ ਪੋਲੀਟੀਕਲ ਪਾਰਟੀ ਨਾਲ ਲਾਇਸ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਜਿਵੇਂ ਉਹਨਾਂ ਦੀ ਨੇੜਤਾ ਪਾਰਟੀ ਨਾਲ ਹੈ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ ਤੁਹਾਡੇ ਵਿੱਚ ਬੋਲਿਆ ਮੇਰੀ ਗੱਲ ਸੁਣੋ ਮੈਂ ਤੁਹਾਡੇ ਵਿੱਚ ਇਹਨਾਂ ਦਾ ਦੱਸ ਦਿਓ ਨੇੜਤਾ ਹੈ ਕਿ ਨਹੀਂ ਹੈ ਉਹ ਤਾਂ ਐਡਮਿਟ ਕਰੀ ਤੇ ਜਾਂਦੇ ਤਾਰੀ ਕਾਨੂੰਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਜੱਜ ਲੱਗਣ ਤੋਂ ਪਹਿਲਾਂ ਜਾਂ ਕਮਿਸ਼ਨ ਦਾ ਜਿਹੜਾ ਹੈਗਾ ਚੇਅਰਮੈਨ ਲੱਗਣ ਤੋਂ ਪਹਿਲਾਂ ਜਾਂ ਜਿਹੜਾ ਲੋਕਪਾਲ ਲੱਗਣ ਤੋਂ ਪਹਿਲਾਂ ਵਕੀਲ ਵੀ ਹੋ ਸਵੈਸਾ ਪੰਜਾਬ ਲੋਕਪਾਲ ਐਕਟ 1996 ਕਹਿੰਦਾ ਹੈ ਕਿ ਕਿਸੇ ਵੀ ਲੋਕਪਾਲ ਦੀ ਨਿਯੁਕਤੀ ਜਿਹੜਾ ਉਹ ਕਿਸੇ ਵੀ ਸਿਆਸਤਦਾਨ ਦੇ ਨਾਲ ਨਜ਼ਦੀਕੀ ਨਹੀਂ ਹੋਣੀ ਚਾਹੀਦੀ ਨਹੀਂ ਨਹੀਂ ਤੁਸੀਂ ਧਿਆਨ ਨਾਲ ਪੜੋ ਕਾਨੂੰਨ ਦਾ ਜਿਹੜਾ ਹੈਗਾ ਸੈਂਟਰ ਐਕਟ ਦੇ ਵਿੱਚ ਵੀ ਅਤੇ ਪੰਜਾਬ ਲੋਕਪਾਲ ਐਕਟ ਦੇ ਵਿੱਚ ਵੀ ਜਦੋਂ ਬੰਦਾ ਲੱਗ ਜਾਂਦਾ ਫਿਰ ਸਾਰੀਆਂ ਐਫੀਲੇਸ਼ਨਾਂ ਖਤਮ ਹੋ ਜਾਂਦੀਆਂ ਨੇ ਉਸ ਤੋਂ ਪਹਿਲਾਂ ਕੋਈ ਵਾਰ ਨਹੀਂ ਹੈਗਾ ਕਿਸੇ ਵੀ ਜਿਹੜੇ ਮੈਂਬਰ ਲੱਗਦੇ ਹੋਰ ਵੀ ਲੱਗਦੇ ਨੇ ਇਸੇ ਤਰ੍ਹਾਂ ਸੈਂਟਰ ਗਵਰਨਮੈਂਟ ਦਾ ਜਿਹੜਾ ਹੈਗਾ ਉੱਥੇ ਮਲਟੀ ਮੈਂਬਰ ਹੈ ਪੰਜਾਬ ਦਾ ਜਿਹੜਾ ਲੋਕਪਾਲ ਐਕਟ ਹੈ ਸਿੰਗਲ ਮੈਂਬਰ ਹੈਗਾ ਸਿੰਗਲ ਮੈਂਬਰ ਇਕੱਲਾ ਚਾਹੇ ਹੋਇਆ ਸੈਂਟਰ ਦਾ ਹੈਗਾ ਮਲਟੀ ਮੈਂਬਰ ਹੈ ਇੱਕ ਚੇਅਰਮੈਨ ਹੁੰਦਾ ਅਤੇ ਬਾਕੀ ਮੈਂਬਰ ਇਸ ਨਿਯੁਕਤੀ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਤੁਹਾਡੇ ਮੁਤਾਬਕ ਬਿਲਕੁਲ ਬਿਲਕੁਲ ਠੀਕ ਕਰ ਰਹੇ ਸੀ ਗਲਤ ਕਰ ਰਹੇ ਕੁਛ ਨਹੀਂ ਗਰ ਸਾਹਿਬ ਤੁਸੀਂ ਬੜੀ ਐਕਟ ਦੀ ਗੱਲ ਕਰਦੇ ਪਏ ਸੀ ਮੈਂ ਵੀ ਇਸੇ ਕਰਕੇ ਮੈਂ ਉਸੇ ਰੈਫਰੈਂਸ ਦੀ ਗੱਲ ਕਰ ਰਿਹਾ ਸੀ ਕਿ 1996 ਦੇ ਐਕਟ ਦੇ ਮੁਤਾਬਕ ਇਹ ਬਣਾਉਜ ਹੈਗਾ ਵੀ ਕਿਸੇ ਬੰਦੇ ਦੀ ਜਿਹੜਾ ਹੈਗਾ ਜਿਹਨੂੰ ਤੁਸੀਂ ਨਿਯੁਕਤ ਕਰ ਰਹੇ ਹੋ ਉਹਦੀ ਕੋਈ ਪੋਲੀਟੀਕਲ ਨੇੜਤਾ ਕਿਸੇ ਜਿਹਨੇ ਕਿ ਉਸਦੇ ਨਾਲ ਨਹੀਂ ਹੋਣੀ ਚਾਹੀਦੀ ਨਹੀਂ ਖਤਮ ਹੋ ਜਾਂਦੀ ਹੈ ਸਰ ਮੇਰੀ ਗੱਲ ਸੁਣੋ ਪਹਿਲਾਂ ਬਾਹਰ ਕੋਈ ਨਹੀਂ ਸੁਣ ਲਓ ਸਵੈਸ ਸਾਹਿਬ ਸੁਣਨ ਦਾ ਮਤਲਬ ਰੱਖੋ ਸਾਨੂੰ ਆਰਾਮ ਨਾਲ ਸਾਹਿਬ ਆਏ ਆਪਾਂ ਆਰਾਮ ਨਾਲ ਡਿਬੇਟ ਕਰਦੇ ਹਾਂ ਸਵੈਸ ਸਾਹਿਬ ਕਹਿ ਰਹੇ ਆ ਉਹਨਾਂ ਦੀ ਕਾਬਲੀਅਤ ਤੇ ਸ਼ੱਕ ਨਹੀਂ ਹੈਗਾ ਪਰ ਕਿਉਂਕਿ ਐਕਟ ਦੇ ਵਿੱਚ ਇਹ ਲਿਖਿਆ ਕਿ ਨੇੜਤਾ ਨਹੀਂ ਹੋਣੀ ਚਾਹੀਦੀ ਉਹਦੇ ਇਤਰਾਜ਼ ਹੈਗਾ ਲੇਕਿਨ ਇੱਕ ਮੁਦਾਲ ਤੇ ਕਰ ਲੈਂਦੇ ਇੱਕ ਦੂਸਰੀ ਗੱਲ ਉਹਦੇ ਵਿੱਚ ਹੋ ਰਹੀ ਸਰ ਜਦੋਂ ਇਹੀ ਜਿਹੜਾ ਹੈਗਾ ਲੋਕਪਾਲ ਬਿੱਲ ਲੋਕਪਾਲ ਹੈਗਾ ਪੰਜਾਬ ਦਾ ਉਹਦੇ ਦਫ਼ਤਰ ਦੇ ਇੱਕ ਬਹੁਤ ਇੰਪੋਰਟੈਂਟ ਜਾਨੀ ਕਿ ਲੋਕਪਾਲ ਹੈਗਾ ਇੰਸਟੀਚਿਊਸ਼ਨ ਹੈਗਾ ਲੇਕਿਨ ਤੁਸੀਂ ਦੇਖੋ 90% ਉਹਦੀਆਂ ਅਸਾਮੀਆਂ ਉੱਥੋਂ ਦੀਆਂ ਜਿਹੜੀਆਂ ਜਿਨ੍ਹਾਂ ਨੇ ਹੋਰ ਕੰਮ ਕਰਨਾ ਉਹ ਖਾਲੀ ਪਈਆਂ ਤੇ ਤੁਸੀਂ ਇਕੱਲਾ ਲੋਕਪਾਲ ਲਾ ਕੇ ਕੀ ਕਰੋਗੇ ਠੀਕ ਹੈ ਪ੍ਰਸ ਮਨਜੀਤ ਸਿੰਘ ਇਸ ਤੋਂ ਪਹਿਲਾਂ ਜਿਹੜੇ ਲੋਕਪਾਲ ਦੀ ਨਿਯੁਕਤੀ ਹੁੰਦੀ ਰਹੀ ਹੈਗੀ ਹੈ ਉਹ ਕੇਸ ਹਜੇ ਵੀ ਪੈਂਡਿੰਗ ਪਏ ਆ ਤੇ ਉਹ ਲੋਕ ਕਿਵੇਂ ਮਹਿਸੂਸ ਕਰਨ ਕਿ ਲੋਕਪਾਲ ਦੀ ਨਿਯੁਕਤੀ ਹੈਗੀ ਆ ਪੰਜਾਬ 'ਚ ਲੋਕਾਂ ਤੱਕ ਤਾਂ ਪਤਾ ਹੀ ਨਹੀਂ ਲੋਕਪਾਲ ਹੁੰਦਾ 90% ਤੇ ਵੈਕੈਂਸੀਆਂ ਸਰ ਉੱਥੇ ਨਹੀਂ ਨਹੀਂ ਕੁਛ ਨਹੀਂ ਮੇਰੇ ਖਿਆਲ ਤੁਸੀਂ ਦੇਖੋ ਨਾ ਸਜਾਵਾਂ ਕੀ ਹੈ
जे तुसी झूठी एप्लीकेशन देती एक महीना हुण शायद अमेंड करके थोड़ा बहुत कुछ कारण है पर जे 500 रुपया जुर्माना वह कहता मैं तो झूठी दूंगा मिले मैं जे मैनू पता है कि एक महीने की सजा आ जा किसे तो भी फड़ के तुसी एक महीने की सजा गया लोग तो खुश होंगे एक महीने लिए अंदर जाके मुफ्त रोटी मिलती जेल दे तो 500 रुपया जिहड़ा कोई जुर्माना है मैनू दसो वो जिन्नियां मर्जी पॉलिटिशियन किहदे कोल भी 10,000 रुपया दे के पावो एक एप्लीकेशन फलाने के विरुद्ध दो दिन खबर लगन गियां मतलब मैं ताइयों तुहानूं कहिंदा ट्रुथलैस आ इहदे च इहदा कोई मतलब ही नहीं जिहो जिहा इह बणाया ट्रुथलैस हैगा फिर रौला क्यों पाई जांदे सारे लोग नहीं रौला इस करके क्योंकि चलो थोड़ा दो दिन इह शुगल मेला चलदा मैनूं नहीं तां इह दसो भी जिहड़े पुराने 6 बणे आ हुण तक जस्टिस सोढी भी सीगे होर भी सी धालीवाल साहब भी सीगे कई कई हैं हां बिल्कुल उहनां दी परफॉर्मेंस ते चैक कर लो भी उहनां ने अजे तक किन्ने क बंदे फड़ के जेल च पचाए आ जद इही कोई सी हां हाँ जे नू ठीक करना कॉन्स्टिट्यूशनल बॉडी होवे लोकपाल जेड़ा जन लोकपाल होवे ना के राजनीतिक लोगों वालों लोकपाल नियुक्त तो उन्होंने एक्सटेंशन हो जूगी क्योंकि जिन्ना बंद ने बनाना वो उन्होंने ही सर्व करूंगा किवें उन्होंने फड़ूगा यदा कोई कोई अर्थ नहीं है जिड़ी जिड़ी आम आदमी पार्टी की मूवमेंट से जिद हिस्सा सके उन्होंने NGO होर सोशल एक्टिविस्ट होर बंद ने जन लोकपाल लाना जनता का जन लोकपाल होना सी और पावर भी बहुत ज्यादा सी जिमें कि वह आप इनकुआरी कर सके वह आप पुलिस को भेज सके पुलिस को ऑर्डर कर सके वो एक काफ़ी पावरफुल बॉडी सी हालांकि मैनू वो अपने खतरे नज़र आते कोई हल नहीं सी पर जे कोई वह जहाँ सख्ती वाला जन लोकपाल असल मानियां कोई हो मैनू लगता कुछ ना कुछ नकेल पै सकती है पर मैनू तो आते बिल्कुल ही एक छांगण मांगण जी गल हैगी कोई मतलब नहीं है छोटा ब्रेक लेना ब्रेक तो वापस आवेंगे कि सियासत नू लोकपाल तो डर लगता है जो लोकपाल असल में होना सवाल यह है क्योंकि सियासत जो लोकपाल की नियुक्ति खुद आप रिकमेंडेशन देनी उदू बाद नियुक्ति होनी तो फिर उस लोकपाल से सवाल उठनगे जिमें वार बार इस चर्चा में आ रहा है कि लोकपाल के नाते सिर्फ एक ड्रामा तो नहीं किया जा रहा तो वापस आ रहे पंजाब में लोकपाल की तैनाती तो सियासी धिर का किंतु की है रौनकी राम जी थोड़ा जि सूझबूझ वाली चर्चा जी है ना उनके एक पॉइंट उभर के आ रहा है कि जिहड़ी गल तुसीं कही सी उसे गल नूं आपां अगे वधावांगे तुसीं एक गल कही है भी जो बंदा किसी अहुदे ते स्थापित हो जाता उदो सारी चीज़ां पासे छड्ड दिंदा ते आपदे अहुदे मुताबक काम करता ते इह सियासत नूं समझ नहीं आ रहा जां सियासत समझ नहीं चाहुंदा सियासत दे विच सियासत की है सियासत इह है कि तुसीं किद्दां अपने हित नूं बढ़ावा देना तुसीं किस तरह दूजे दे हित नूं पिछे रखना ये सियासत है सियासत जिहड़ी हैगी आ उहदे चों लोक भलाई की मद गैब हो चुकी हैगी आ अन्ना हजारे चाहुंदे सी मुड़ के वह लोक भलाई की मद विच पाउण वास्ते हुण लोकपाल की नियुक्ति उस चीज़ नूं सीगी मैं तो यह कहिंदा है कि जे हुण तक जिस तरह पहला किया गया सवैद साहब ने प्रोफेसर साहब ने गल की है और साडे दोनों होर पार्टी के जिहड़े नुमाइंदे ने उन्होंने गल की है मैनूं यह दसो कि 1952 तों पंजाब दे विच मैं कहां 1936 तों ਜਿਹੜੀਆਂ ਪਹਿਲਾਂ ਪ੍ਰੋਵੀਜ਼ਨਲ ਸਰਕਾਰਾਂ ਸੀਗੀਆਂ ਸਿਕੰਦਰ ਯਾਦ ਖਾਨ ਵਾਲੀ ਉਸ ਤੋਂ ਬਾਅਦ 47 ਵਾਲੀ ਔਰ ਹੁਣ ਤੱਕ ਕਿੰਨੀਆਂ ਸਰਕਾਰਾਂ ਬਣੀਆਂ ਨੇ ਇਹ ਦੱਸੋ ਕਿ ਇਹਨਾਂ ਸਰਕਾਰਾਂ ਨੇ ਪੰਜਾਬ ਦਾ ਕੀ ਬਣਾਇਆ ਹੈਗਾ ਫਿਰ ਆਪਾਂ ਤੇ ਇਸੇ ਗੱਲ ਕਹਿ ਸਕਦੇ ਹਾਂ ਫਿਰ ਵੀ ਕਹਾਂਗੇ ਹੁਣ ਇੰਨੀਆਂ ਇਲੈਕਸ਼ਨ ਆਪਾਂ ਇੰਡੀਆ 'ਚ ਹੋਈਆਂ ਨੇ ਕੀ ਕੀਤਾ ਇਹ ਸਵਾਲ ਖੜਾ ਰਹਿਣਾ ਕਿਉਂਕਿ ਲੋਕਾਂ ਨੂੰ ਹੀ ਲੱਗਦਾ ਹੈ ਕਿ ਜੋ ਐਕਸਪੈਕਟੇਸ਼ਨ ਹੈ ਉਹ ਪੂਰੀ ਨਹੀਂ ਹੋ ਰਹੀ ਉਹਦੇ ਕਿਤਨਾ ਕਿਤੇ ਕਮੀ ਹੈ ਹੁਣ ਕੁਐਸਚਨ ਇਹ ਪੈਦਾ ਹੁੰਦਾ ਕਿ ਅਸੀਂ ਇਹਨਾਂ ਸਾਰੀਆਂ ਕਮੀਆਂ ਦੇ ਰਹਿੰਦੇ ਹੋਏ ਸੰਸਥਾਵਾਂ ਛੱਡ ਦਈਏ ਨਹੀਂ ਕੁਐਸਚਨ ਇਹ ਹੈ ਕਿ ਇੱਕ ਲੋਕਪਾਲ ਦੀ ਨਿਯੁਕਤੀ ਦਾ ਮਕਸਦ ਇਹ ਹੈ ਕਿ ਰਾਜਨੀਤਿਕ ਲੈਵਲ ਦੇ ਉੱਤੇ ਆਫੀਸਰਸ ਲੈਵਲ ਉੱਤੇ ਜਿਹੜੀ ਕਰਪਸ਼ਨ ਹੈ ਉਹਨੂੰ ਇਹ ਨਿਯੁਕਤੀ ਜਿਹੜੀ ਆ ਦੇਖੇਗੀ ਤਾਂ ਜਿੱਥੇ ਲੋਕਪਾਲ ਬਣਿਆ ਹੋਇਆ ਜੇ ਸੂਬੇ 'ਚ ਜਿਸ ਲੋਕਪਾਲ ਦੇ ਕੋਲ ਵੱਧ ਤੋਂ ਵੱਧ ਅਰਜ਼ੀਆਂ ਜਾਂਦੀਆਂ ਨੇ ਕਰਪਸ਼ਨ ਨੂੰ ਠੀਕ ਕਰਨ ਵਾਸਤੇ ਉਹ ਸ਼ੀਸ਼ਾ ਬਣ ਜਾਏਗਾ ਉਸ ਸਟੇਟ ਵਿੱਚ ਜ਼ਿਆਦਾ ਕਰਪਸ਼ਨ ਹੋ ਰਹੀ ਆ ਹੁਣ ਜਦੋਂ ਕਰਪਸ਼ਨ ਹੋਏਗੀ ਉਹਦੇ 'ਤੇ ਰੌਲਾ ਪਵੇਗਾ ਸਵੈ ਸਾਹਿਬ ਨੇ ਕਿਹਾ ਕਿ ਦੇਖੋ ਜੀ ਬਹੁਤ ਸਾਰੇ ਝੂਠੇ ਕਿਸੇ ਬਣੇ ਸਕੇ ਹੁਣ ਲੋਕਪਾਲ ਨਹੀਂ ਹੋਣ ਦੇਣਾ ਉਹ ਕਹਿੰਦੇ ਨਹੀਂ ਜੀ ਲੋਕਪਾਲ ਗਲਤ ਹੈ ਕਿਉਂਕਿ ਪੋਲੀਟੀਕਲ ਹੈਗਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਸਾਰੀਆਂ ਸੰਸਥਾਵਾਂ ਕੀ ਸ਼ੋਅ ਕਰ ਰਹੀਆਂ ਨੇ ਕਿ ਸਾਡੀ ਜਿਹੜੀ ਰਾਜਨੀਤਿਕ ਪਹਿਲਕਦਮੀ ਹੈਗੀ ਆ ਉਹ ਪਹਿਲਕਦਮੀ ਸਮਾਜ ਦੀ ਭਲਾਈ ਵਾਸਤੇ ਨਾ ਹੋ ਕੇ ਇੱਕ ਤਰ੍ਹਾਂ ਦਾ ਸਥਾਪਤੀ ਰਵਾਇਤਾਂ ਜਿਹੜੀਆਂ ਨੇ ਸਥਾਪਤੀ ਪਾਰਟੀਆਂ ਨੇ ਉਹਨਾਂ ਦੀ ਬਰਕਰਾਰ ਰੱਖਣ ਵਾਸਤੇ ਹੋ ਰਹੀ ਆ ਇਹ ਕੁਐਸਚਨ ਮੇਨ ਹੈ ਅੱਜ ਤੁਸੀਂ ਗੱਲ ਵੀ ਕਹਿ ਲਓ ਮੇਰਾ ਸਵਾਲ ਵੀ ਲੈਣਾ ਲੋਕਪਾਲ ਦੇ ਕੋਲ ਜੇ ਸ਼ਿਕਾਇਤ ਕੀਤੀ ਜਾਵੇ ਤਾਂ ਕਿਵੇਂ ਕੀਤੀ ਜਾਵੇ
ਤੇ ਜਿਹੜੀ ਅਦਾਲਤਾਂ ਦੇ ਕਚਹਿਰੀਆਂ ਦੇ ਵਿੱਚ ਸ਼ਿਕਾਇਤਾਂ ਜਾਂਦੀਆਂ ਹੈਗੀਆਂ ਉਹਦੇ ਨਾਲ ਲੋਕਪਾਲ ਵਕ ਕਿਵੇਂ ਹੈ? ਮੈਂ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ, ਬਿਲਕੁਲ ਅਦਾਲਤਾਂ ਦਾ ਪ੍ਰੋਸੀਜਰ ਬਿਲਕੁਲ ਅਲੱਗ ਆ, ਉੱਥੇ ਐਵੀਡੈਂਸ ਆ, ਆਈ ਵਿਟਨੈਸ ਆ, ਉਹ ਇੱਕ ਸੈੱਟ ਪ੍ਰੋਸੀਜਰ ਆ ਔਰ ਲੋਕ ਉਹਨੂੰ ਫਾਲੋ ਕਰਦੇ ਔਰ ਪਾਵਰਫੁਲ ਵੀ ਹੈਗਾ। ਇੱਥੇ ਜਦੋਂ ਕੋਈ ਸ਼ਿਕਾਇਤ ਜਾਂਦੀ ਆ, ਆ ਕਿੰਨੇ ਬੰਧੂਆ ਮਜ਼ਦੂਰਾਂ ਦੀਆਂ ਅਸੀਂ ਹਿਊਮਨ ਰਾਈਟਸ ਕੋਲ ਜਾਂਦੇ ਰਹੇ ਸ਼ਿਕਾਇਤਾਂ, ਉਹ ਕੀ ਕਰਦੇ ਆ ਕਿ ਜਿੱਥੇ ਬੰਧੂਆ ਮਜ਼ਦੂਰ ਜਿਹੜੇ ਪਿੰਡ 'ਚ ਫੜੇ ਜਾਂਦੇ ਆ ਉਹ ਪੁਲਿਸ ਦੇ ਥਾਣੇ ਨੂੰ ਰੈਫਰ ਕਰ ਦਿੰਦੇ ਆ, ਥਾਣਾ ਦਾ ਦੋ ਠੁੱਲੇ ਸੋਰੀ ਥੋੜ੍ਹਾ ਜਿਹਾ ਜ਼ਿਆਦਾ ਕਹਿ ਹੋ ਗਿਆ, ਦੋ ਬੰਦਿਆਂ ਨੂੰ ਉਹ ਭੇਜ ਦਿੰਦੇ ਉਸ ਪਿੰਡ 'ਚ ਭੇਜ ਦਿੰਦੇ ਆ, ਅਤੇ ਉਹ ਜਿਹੜੇ ਬੰਦੇ ਨੇ ਰੱਖੇ ਹੁੰਦੇ ਉਹਦੇ ਕੋਲ ਜਾ ਕੇ ਰਿਪੋਰਟ ਲਿਖ ਕੇ, ਅਤੇ ਉਹਨਾਂ ਬੰਦਿਆਂ ਨੂੰ ਉਹ ਜਿਹੜੇ ਬੰਦੇ ਬੰਧੂਆ ਮਜ਼ਦੂਰ ਹੁੰਦੇ ਆ ਉਹਨਾਂ ਦਾ ਮੋਹਰ ਆਪਣਾ ਅੰਗੂਠਾ ਲਵਾ ਕੇ ਵਾਪਸ ਜੱਜ ਕੋਲ ਆ ਜਾਂਦੇ ਆ। ਦੇਖੋ ਜੀ ਉਹਨਾਂ ਨੇ ਕਹਿਤਾ ਮੈਂ ਤਾਂ ਬੰਧੂਆ ਨਹੀਂ ਸੀ, ਗਲਤ ਕੰਪਲੇਂਟ ਆ, ਕੰਪਲੇਂਟ ਹੀ ਗਲਤ ਹੈਗੀ। ਇਹ ਹਾਲਤ ਆ, ਇਹਨਾਂ ਬੰਦੇ ਕੀ ਕਰਦਾ, ਇਹ ਲੋਕਪਾਲ ਕੀ ਕਰਦਾ, ਜਿੱਥੋਂ ਜਿਹੜੇ ਮਹਿਕਮੇ ਦੀ ਜਿਹਦੇ ਅਫਸਰ ਦੀ ਔਰ ਚੀਫ ਮਿਨਿਸਟਰ ਤੱਕ, ਉੱਥੇ ਇਹ ਲਿਖਿਆ ਚੀਫ ਮਿਨਿਸਟਰ ਤੱਕ ਲੋਕਪਾਲ ਦੇ ਤਹਿਤ ਆ, ਉਹਦੀ ਕਰਪਸ਼ਨ ਵੀ ਇਹ ਫੜ ਸਕਦਾ, ਕਰ ਸਕਦਾ, ਹਾਂ ਫੜ ਸਕਦਾ, ਮਿਨਿਸਟਰਾਂ ਦੀ ਫੜ ਸਕਦਾ, ਤੁਸੀਂ ਇਹ ਦੇਖੋ ਪੋਸੀਬਲ ਹੈਗਾ ਕਿਹਨੂੰ? ਉਹਨੇ ਜਦੋਂ ਕੰਪਲੇਂਟ ਜਾਣੀ ਆ ਕੇਪੀ ਸਿੰਘ, ਉਹਨੇ ਉਸੇ ਮਹਿਕਮੇ ਨੂੰ ਰੈਫਰ ਕਰਨੀ ਆ ਕਿ ਆਹ ਤੁਹਾਡੀ ਕੰਪਲੇਂਟ ਆਈ ਆ ਕਰਪਸ਼ਨ ਦੀ, ਮੈਨੂੰ ਦੱਸੋ ਤਾਂ ਤੁਸੀਂ ਕਰਪਸ਼ਨ ਕੀਤੀ ਨਹੀਂ ਕੀਤੀ। ਉਹਨੇ ਜਾ ਕੇ ਕੋਈ ਉੱਪਰੋਂ ਇੱਧਰ ਉੱਧਰ ਸੱਜੇ ਕੱਪੇ ਚਾਰ ਗੱਲਾਂ ਕਰਕੇ ਲਿਖ ਦੇਣਾ। ਸਵਾਲ ਹੋਰ ਵੀ ਹੈ ਮੇਰਾ, ਪੁੱਠਾ ਜਿਹਾ ਸਵਾਲ ਹੀ ਹੈ, ਫਿਰ ਲੋਕ ਭੱਲਾਉਣਾ ਕਦ ਲਈ ਆ? ਕਿਸੇ ਨੂੰ ਉਗਦਾ ਦੇਣ ਲਈ, ਥੋੜ੍ਹਾ ਜਿਹਾ ਕਿਸੇ ਨੂੰ ਇੱਕ ਅੱਧੇ ਬੰਦੇ ਨੂੰ ਅਬਲਾਈਜ਼ ਕਰ ਲਈ, ਆਪਦੇ ਖਾਸ ਬੰਦੇ ਨੂੰ ਕੋਈ ਨਹੀਂ ਹੈ, ਆਪਦੇ ਖਾਸ ਬੰਦੇ ਨੂੰ ਅਬਲਾਈਜ਼ ਕਰ ਲਈ, ਨਹੀਂ ਖਾਸ ਨੂੰ ਕਰਨਾ, ਆਮ ਨੂੰ ਕਰਨਾ, ਮੈਨੂੰ ਨਹੀਂ ਲੱਗਦਾ ਕਰ ਰਹੇ ਹੋ ਨਿਯੁਕਤੀ, ਤੁਸੀਂ ਨਿਯੁਕਤੀ ਕਰਦੇ ਰਹੇ ਹੋ ਨਾ। ਦੇਖੋ ਮੇਰੀ ਗੱਲ ਸੁਣੋ, ਤੁਸੀਂ ਪ੍ਰੋਫੈਸਰ ਮਨਜੀਤ ਸਿੰਘ ਦੀ ਗੱਲ ਨੂੰ ਬੜਾ ਹੁੰਗਾਰਾ ਭਰਿਆ ਸੀਗਾ, ਜੇ ਸਾਡਾ ਖਾਸ ਬੰਦੇ ਨੂੰ ਅਹੁਦਾ ਦੇਣ ਲਈ, ਜੇ ਸਾਡਾ ਕੋਈ ਬੰਦਾ ਅਸੀਂ ਨਿਯੁਕਤ ਕਰਦੇ ਸੀ, ਜੇ ਕਿਸੇ ਨੇ ਅੱਜ ਤੱਕ ਤਾਂ ਇਤਰਾਜ਼ ਉਠਾਇਆ ਹੀ ਨਹੀਂ, ਇਤਰਾਜ਼ ਕਰੀ ਤੇ ਜਾਂਦੇ ਹੁਣ ਕੀ ਕਹਿੰਦੇ ਆ ਜਸਟਿਸ ਸਿੰਘ ਹੋਣੇ ਦਾ ਜ਼ਿਕਰ ਕੀਤਾ ਨਹੀਂ ਕਿ ਇਹਨਾਂ ਨੂੰ ਕੀ ਇਤਰਾਜ਼ ਆ, ਕੀ ਮਾੜਾ ਕੀਤਾ ਉਹਨਾਂ ਨੇ, ਗਰਗ ਸਾਹਿਬ ਨੇ ਇਤਰਾਜ਼ ਕੀ ਮਾੜਾ ਕੀਤਾ ਉਹਨਾਂ ਨੇ, ਕੀ ਮਾੜਾ ਕੀਤਾ ਜਿਹੜੇ ਪੁਰਾਣੇ ਲਾਏ ਜਾਂਦੇ ਸੀ, ਪੁਰਾਣੇ ਲਾਏ ਜਾਂਦੇ ਸੀ, ਗੱਲ ਇਹ ਹੈ ਨਾ ਵੀ ਰੂਲ ਸਾਰਿਆਂ ਲਈ ਬਰਾਬਰ ਨੇ, ਜਦੋਂ ਅਸੀਂ ਮਹਿਤਾਬ ਸਿੰਘ ਦੀ ਗੱਲ ਕਰਦੇ ਉਹਦੀ ਕਾਂਗਰਸ ਨਾਲ ਨੇੜਤਾ ਹੈਗੀ ਹੈ, ਤਾਂ ਬਾਦਲ ਅਕਾਲੀ ਦਲ ਨੇ ਵੀ ਤਾਂ ਜਦੋਂ ਜਸਟਿਸ ਸੇਖੋਂ ਨੂੰ ਲਗਾਇਆ ਸੀ ਉਹ ਤੇ ਸਾਕਾ ਬ੍ਰਦਰ ਹੈਗਾ, ਕਿੰਨਾ ਦਾ ਕੈਬਨਿਟ ਮੰਤਰੀ ਦਾ, ਜਨਰੇਜਾ ਸਿੰਘ ਸੇਖੋਂ ਦਾ, ਸੇਖੋਂ ਦਾ ਬ੍ਰਦਰ ਸੀ, ਰੇਲ ਬ੍ਰਦਰ, ਦੇਖੋ ਮੇਰੀ ਗੱਲ ਸੁਣੋ, ਨਹੀਂ ਫਿਰ ਉਹ ਦੋ ਰੂਲ ਕਿਉਂ ਦਾ ਇਤਰਾਜ਼ ਲਾ ਦਿੰਦੇ, ਨਹੀਂ ਸਕੇ ਭਰਾ ਸੀ ਉਹਨਾਂ ਦੇ, ਨਹੀਂ ਮੇਰੇ ਰੀਅਲ ਬ੍ਰਦਰ ਨਹੀਂ, ਇਹਨਾਂ ਨੇ ਕਿਹਾ ਸੀ ਕਿ ਇਤਰਾਜ਼ ਨਹੀਂ ਕੀਤਾ, ਚਲੋ ਮੈਂ ਪਤਾ ਕਰ ਲਵਾਂ ਇਸ ਗੱਲ ਦਾ, ਨਹੀਂ ਅਸੀਂ ਇਤਰਾਜ਼ ਨਹੀਂ ਕੀਤਾ ਕਿ ਉਹ ਜੱਜ ਸੀਗੇ ਲੱਗ ਸਕਦੇ ਸੀ, ਅਸੀਂ ਕਹਿੰਦੇ ਨਹੀਂ ਉਹ ਬੰਦਾ, ਦੇਖੋ ਮੇਰੀ ਗੱਲ ਸੁਣੋ, ਕੱਖ ਨਹੀਂ ਹੈ ਵੀ ਲਾ, ਨਹੀਂ ਹੁਣ ਆਪਾਂ ਜੱਜਾਂ ਤੇ ਸਵਾਲ ਚ ਪੁੱਛਣੇ ਸ਼ੁਰੂ ਕਰਤੇ ਨਾ, ਰਿਟਾਇਰਡ ਜੱਜਾਂ, ਹਾਂ ਰਿਟਾਇਰਡ ਜੱਜਾਂ ਤੇ ਵੀ ਸਵਾਲ ਪੁੱਛਣੇ ਸ਼ੁਰੂ ਕਰਤੇ, ਕਰੋ ਸਵਾਲ ਨਹੀਂ ਪੁੱਛਣੇ ਸ਼ੁਰੂ ਕਰਤੇ, ਜੱਜਾਂ ਤੇ ਸਿਆਸਤ ਕਰੋ, ਹਾਂ ਗੱਲ ਆ ਵੀ ਕੋਈ ਉਹ ਕਹਿੰਦੇ ਨੇ ਵੀ ਮੀਨਿੰਗਲੈਸ ਪੋਸਟ ਆ, ਕੋਈ ਮਤਲਬ ਹੀ ਨਹੀਂ ਹੈ, ਕੋਈ ਇਹਦੇ ਵਿੱਚ ਹੈ ਹੀ ਨਹੀਂ, ਜਿਹੜੀ ਇਨਕੁਆਇਰੀ ਕੋਈ ਆਊਗੀ ਉਹ ਵੀ ਉਹਨਾਂ ਡਿਪਾਰਟਮੈਂਟ ਨੂੰ ਭੇਜ ਦੇਣੀ ਹੈ, ਜਿਹੜੇ ਜੇ ਉਧਰੋਂ ਜੋ ਕੈਪਟਨ ਸਾਹਿਬ ਨੇ ਕਹਿਣਾ ਉਹ ਹੋ ਜਾਣਾ, ਠੀਕ ਹੈ ਜੀ, ਜਿਹੋ ਜਿਹਾ ਚੋਣ ਮੈਨੀਫੈਸਟੋ ਬਣਾਉਣ ਨੂੰ ਉਹਨਾਂ ਨੇ ਕਿਹਾ ਉਹ ਜਿਹਾ ਬਣਾਤਾ, ਠੀਕ ਹੈ, ਜੋ ਚੀਜ਼ਾਂ ਚੋਣ ਮੈਨੀਫੈਸਟੋ ਤੇ ਬਾਰ ਬਾਰ ਗਲਤ ਕਰ ਰਹੇ ਆ, ਉੱਥੇ ਫਸੇ ਹੋਏ ਆ ਜੇ, ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਉਹਨਾਂ ਦਾ ਕੋਈ ਜ਼ਿਆਦਾ ਰੋਲ, ਚਲੋ ਦੂਜੀ ਗੱਲ ਲਾ ਲਓ, ਦੂਜੀ ਗੱਲ ਲਾ ਲਓ, ਮੋਗੇ ਵਾਲੀ ਇਲੈਕਸ਼ਨ ਆ ਜਿਹੜੀ ਬਾਈ ਇਲੈਕਸ਼ਨ, ਫਿਰ ਉਹ ਡੇਰੇ ਕਿੱਥੇ ਲੱਗੇ ਸੀ, ਫਿਰ ਉੱਥੇ ਆ ਗਏ, ਠੀਕ ਹੈ, ਡੇਰੇ ਕਿੱਥੇ ਲੱਗੇ ਸੀ, ਚਲੋ ਮੈਂ ਥੋੜ੍ਹੀ ਚਰਚਾ ਅੱਗੇ ਜਾਵਾਂ, ਇਹ ਆਪਾਂ ਹੋਰ ਚਰਚਾ 'ਚ ਫਸ ਗਏ ਹਾਂ। ਸੁਰਜੀਤ ਸਿੰਘ ਸਵਾਜ, ਤੁਸੀਂ ਵਕੀਲ ਦੇ ਤੌਰ 'ਤੇ ਮੈਨੂੰ ਦੱਸ ਦਿਓ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਕਾਰਗੁਜ਼ਾਰੀ ਕਿਸ ਤਰੀਕੇ ਨਾਲ ਰਹੀ ਹੈ? ਦੇਖੋ ਜਸਟਿਸ ਮਹਿਤਾਬ ਸਿੰਘ ਗਿੱਲ ਪਹਿਲਾਂ ਸਰਕਾਰੀ ਵਕੀਲ ਰਹੇ ਆ, ਉੱਥੇ ਅਡੀਸ਼ਨਲ ਐਡਵੋਕੇਟ ਜਨਰਲ ਰਹੇ ਆ, ਉਸ ਤੋਂ ਬਾਅਦ ਜਦੋਂ ਉਹਨਾਂ ਦੀ ਐਲੀਗੇਸ਼ਨ ਹੋਈ ਹੈ ਉੱਥੇ ਹਾਈਕੋਰਟ ਦੇ ਵਿੱਚ, ਕਿੰਨੇ ਸਾਲ ਉਹਨੇ ਬਹੁਤ ਕੇਸ ਤਰ੍ਹਾਂ ਦੇ ਫੈਸਲੇ ਕੀਤੇ ਹੈ, ਲੇਕਿਨ ਉਹਨਾਂ ਦਾ ਜਿਹੜਾ ਰਿਕਾਰਡ ਹੈ ਬਹੁਤ ਵਧੀਆ ਇੰਪੈਕਟਿਵ ਰਿਕਾਰਡ ਰਿਹਾ ਇੱਥੇ, ਅਤੇ ਕਿਸੇ ਕਿਸਰਾਂ ਦੀ ਕੋਈ ਹੈ ਨਹੀਂ ਉਹਨਾਂ ਦੇ ਖਿਲਾਫ, ਅਤੇ ਉਹ ਮੈਨੂੰ ਲੱਗਦਾ ਕਿ ਜੋ ਅਪੁਆਇੰਟਮੈਂਟ ਹੋ ਰਹੀ ਹੈ ਇਹ ਬੜੀ ਅੱਛੀ ਅਪੁਆਇੰਟਮੈਂਟ ਹੈ। ਲੇਕਿਨ ਮੈਂ ਇੱਥੇ ਜਿਹੜਾ ਇੱਕ ਬਤੌਰ ਪਾਰਟੀ ਦੇ ਲੈਵਲ ਤੋਂ ਉੱਪਰ ਉੱਠ ਕੇ ਗੱਲ ਕਰਦੇ ਹਾਂ ਕਿ ਜਿਹੜਾ ਲੋਕਪਾਲ ਦਾ ਐਕਟ ਹੈਗਾ, ਲੋਕਪਾਲ ਜੋ ਗੱਲ ਹੋ ਰਹੀ ਹੈ ਕਿ ਟੁੱਥਲੈਸ ਐਕਟ ਹੈਗਾ, ਇਹਦੇ ਵਿੱਚ ਬਿਲਕੁਲ ਮੈਂ ਇਹਨਾਂ ਨਾਲ ਸਹਿਮਤ ਹਾਂ ਕਿ ਇਹਦੀ ਜਿਹੜੀ ਹੋਰ ਇੰਪਰੂਵਮੈਂਟ ਦੀ ਅਮੈਂਡਮੈਂਟ ਦੀ ਲੋਕਪਾਲ ਐਕਟ ਦੀ ਲੋੜ ਹੈਗੀ ਹੈ। ਉਹਦਾ ਕਾਰਨ ਇਹ ਹੈ ਕਿ ਜਿਵੇਂ ਸੈਂਟਰ ਦੇ ਵਿੱਚ ਐਕਟ ਨਵਾਂ ਬਣਿਆ 2013 ਦਾ, ਉੱਥੇ ਉਹਨਾਂ ਨੇ ਕੀ ਕੀਤਾ, ਇੱਕ ਤਾਂ ਮਲਟੀ ਮੈਂਬਰ ਬਣਾਤਾ ਇਹਨੂੰ ਲੋਕਪਾਲ ਨੂੰ, ਇੱਕ ਗੱਲ, ਦੂਜੀ ਗੱਲ ਉਹਨਾਂ ਨੇ ਇਨਵੈਸਟੀਗੇਸ਼ਨ ਏਜੰਸੀ ਨਾਲ ਲਾਤੀ, ਇੱਕ ਜਿਹੜੇ ਆਪਣੇ ਸਾਡੇ ਪੰਜਾਬ ਲੋਕਪਾਲ ਇਹਦੇ ਕੋਲ ਇਨਵੈਸਟੀਗੇਸ਼ਨ ਆਪਣੀ ਨਹੀਂ ਕੋਈ ਹੈਗੀ ਹੈ, ਇਹ ਸਰਕਾਰ ਤੋਂ ਉਧਾਰ ਲੈਂਦੇ ਨੇ ਜਿਹੜੇ ਇਨਵੈਸਟੀਗੇਸ਼ਨ ਏਜੰਸੀ ਕਰਦੇ ਨੇ। ਫਿਰ ਉਹਨਾਂ ਨੇ ਕੀ ਚੇਂਜ ਕੀਤਾ, ਇੱਕ ਪ੍ਰੋਸੀਕਿਊਸ਼ਨ ਵਿੰਗ ਅਲੱਗ ਬਣਾ ਦਿੱਤਾ ਕਿ ਜੋ ਲੋਕਪਾਲ ਇਨਕੁਆਇਰੀ ਕਰੇਗਾ, ਜੋ ਉਹਦੀਆਂ ਫਾਈਂਡਿੰਗ ਹੋਣਗੀਆਂ, ਫਿਰ ਪ੍ਰੋਸੀਕਿਊਸ਼ਨ ਵਿੰਗ ਉਹਦਾ ਆਪਣਾ ਹੋਏਗਾ, ਉਹ ਸਿੱਧੇ ਜਾ ਕੇ ਕੰਪਲੇਂਟ ਪਾਉਣਗੇ ਫਾਈਂਡਿੰਗ ਦੇ ਆਧਾਰ 'ਤੇ ਲੋਕਪਾਲ ਦੇ, ਤਾਂ ਕਿ ਉੱਥੇ ਹੋਵੇ ਉਹਨਾਂ ਦੇ ਜਿਹੜੇ ਬੰਦੇ ਉਹਨਾਂ ਨੇ ਗਿਲਟੀ ਫਾਈਂਡ ਕੀਤੇ ਉਹਨਾਂ ਦੀ ਸਜ਼ਾਵਾਂ ਹੋ ਸਕਣ। ਸੋ ਉਸ ਲਾਈਨਸ 'ਤੇ ਸਾਡੀ ਸਰਕਾਰ
ਪਾਵਰ ਦੇਣ ਦੀ ਲੋੜ ਜ਼ਿਆਦਾ ਲੋੜ ਹੈ ਸਾਨੂੰ ਇਹਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਥੋੜਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆਵਾਂਗੇ ਸਵਾਲ ਬਹੁਤ ਸਾਰੇ ਉੱਠਦੇ ਹੈਗੇ ਜੋ ਸਵਾਲਾਂ ਦੇ ਵਿੱਚ ਕੋਈ ਚਰਚਾ ਉੱਠਦੀ ਹੈਗੀ ਹੈ ਤੇ ਜਦੋਂ ਪਾਰਟੀ ਦੇ ਨੁਮਾਇੰਦੇ ਇਸ ਹੱਦ ਤੱਕ ਜਾਣ ਕਿ ਇਸ ਵਿੱਚ ਸੁਧਾਰ ਹੋਣਾ ਚਾਹੀਦਾ ਹੈਗਾ ਤੇ ਫਿਰ ਉਹ ਚਰਚਾ ਸਾਰਥਕ ਹੋਣੀ ਪੜਦੀ ਹੈ ਬ੍ਰੇਕ ਤੋਂ ਵਾਪਸ ਆ ਰਹੇ ਸਵਾਲ ਹੋਰ ਹੋਣਗੇ ਪੰਜਾਬ ਵਿੱਚ ਲੋਕਪਾਲ ਦੀ ਤੈਨਾਤੀ ਅਤੇ ਸਿਆਸੀ ਧਿਰਾਂ ਦਾ ਕਿੰਤੂ ਕੀ ਹੈ ਰੌਣਕੀ ਰਾਮ ਜੀ ਜਿਹੜੀ ਚਰਚਾ ਹੁਣ ਤੱਕ ਇੱਥੇ ਤੱਕ ਪਹੁੰਚੀ ਹੈਗੀ ਹੈ ਚਲੋ ਇੱਕ ਸਵੈਦ ਸਾਹਿਬ ਨੇ ਬੜੀ ਇਮਾਨਦਾਰੀ ਨਾਲ ਗੱਲ ਕਹੀ ਹੈਗੀ ਹੈ ਕਿ ਲੋਕਪਾਲ ਉਹੋ ਜਿਹਾ ਨਹੀਂ ਹੈਗਾ ਜਿਹੋ ਜਿਹਾ ਉਹਦੇ ਕੋਲ ਅਧਿਕਾਰ ਖੇਤਰ ਹੋਣੇ ਚਾਹੀਦੇ ਆ ਜਿਹੋ ਜਿਹੀ ਉਹਦੇ ਕੋਲ ਏਜੰਸੀ ਅਟੈਚ ਹੋਣੀਆਂ ਚਾਹੀਦੀਆਂ ਇਹਨਾਂ 'ਤੇ ਕੰਮ ਕਰਨਾ ਬਣਦਾ ਹੈਗਾ ਫਿਰ ਇਸ ਰੋਲੇ ਤੋਂ ਬਾਹਰ ਨਿਕਲਿਆ ਜਾਵੇ ਜੇ ਰੋਲਾ ਪੈਂਦਾ ਹੀ ਰਹੂਗਾ ਕਿ ਸਿਆਸਤ ਦਾ ਨਹੀਂ ਰੋਲਾ ਸਿਆਸਤ ਦਾ ਪੈਂਦਾ ਨਹੀਂ ਰਹੂਗਾ ਇਹਦੇ 'ਤੇ ਤੁਹਾਨੂੰ ਬਿਲਕੁਲ ਇਸ ਗੱਲ ਤੋਂ ਬਾਹਰ ਹੋਣਾ ਪਊਗਾ ਕਿਉਂਕਿ ਕੋਈ ਸੰਸਥਾ ਨੂੰ ਤੁਸੀਂ ਬਣਾ ਕੇ ਸਿੰਪਲੀ ਕਾਗਜ਼ਾਂ 'ਚ ਰੱਖ ਕੇ ਨਿਯੁਕਤੀ ਕਰਕੇ ਮੁਕਤ ਨਹੀਂ ਹੋ ਜਾਂਦੇ ਇਹ ਲੋਕਤੰਤਰ ਹੈ ਉਸ ਸੰਸਥਾ ਦੀ ਮਕਬੂਲਤਾ ਸਮਾਜ ਵਿੱਚ ਹੁੰਦੀ ਹੈਗੀ ਆ ਇਸ ਲਈ ਲੋਕ ਜਿਹੜੇ ਆ ਜਿੰਨਾ ਮਰਜ਼ੀ ਸੱਤ ਜਾਣ ਦੁੱਖ ਜਾਣ ਤੰਗ ਹੋ ਜਾਣ ਉਹ ਫਿਰ ਵੀ ਕਹਿੰਦੇ ਆ ਯਾਰ ਅਦਾਲਤਾਂ ਬਚੀਆਂ ਹੋਈਆਂ ਨੇ ਉੱਥੇ ਚੱਲਦੇ ਆ ਉਹ 10 ਸਾਲ 20 ਸਾਲ ਤੁਸੀਂ ਬੜੀ ਖੋਜ ਕੀਤੀ ਆ ਬੜੀ ਰਿਸਰਚ ਕੀਤੀ ਹੋਈ ਆ ਕਿੰਨੇ ਲੋਕਾਂ ਨੂੰ ਪਤਾ ਲੋਕਪਾਲ ਹੁੰਦਾ ਹਾਂ ਬਹੁਤ ਅੱਛਾ ਹੈਗਾ ਕਿ ਲੋਕਾਂ ਨੂੰ ਇਸ ਗੱਲ ਦੀ ਚੇਤਨਾ ਆ ਗਈ ਸੀ 2014 ਦੇ ਵਿੱਚ ਜਦੋਂ 2011-12-13 ਦੇ ਵਿੱਚ ਚੇਤਨਾ ਆ ਗਈ ਸੀ ਕਿ ਕੁਛ ਲੋਕ ਦਿੱਲੀ ਨੂੰ ਜਾ ਰਹੇ ਆ ਰੌਲਾ ਪੈ ਰਿਹਾ ਉਹ ਢੋਲਕ ਵਜਾ ਕੇ ਕਹਿ ਰਹੇ ਨੇ ਬਾਜੇ ਲੈ ਕੇ ਜਾ ਰਹੇ ਨੇ ਰਾਤਾਂ ਉੱਥੇ ਕੱਟ ਰਹੇ ਨੇ ਪਧਾੜੀਆਂ ਉੱਥੇ ਭਰਦੇ ਨੇ ਬਾਬਾ ਉੱਥੇ ਬੈਠਾ ਵਾ ਚਬੂਤਰਾ ਲਾ ਕੇ ਉਹਦੇ ਦੋਵੇਂ ਦੋਵੇਂ ਇਕੱਠੇ ਲੋਕ ਆਲੇ ਦੁਆਲੇ ਬੈਠ ਰਹੇ ਨੇ ਕਿਉਂਕਿ ਉਹ ਕਹਿ ਰਿਹਾ ਹੈ ਕਿ ਇੱਕ ਇੱਦਾਂ ਦਾ ਸੰਸਥਾ ਬਣਾਓ ਜਿਹਨੂੰ ਲੋਕਪਾਲ ਲੋਕ ਯੁਕਤ ਕਹਿੰਦੇ ਹੈਗੇ ਆ ਤਾਂ ਕਿ ਉਹ ਲੋਕਪਾਲ ਲੋਕ ਯੁਕਤ ਜਿਹੜੇ ਵੱਡੇ ਵੱਡੇ ਅਫਸਰ ਨੇ ਵੱਡੇ ਵੱਡੇ ਰਾਜਨੀਤਿਕ ਨੇਤਾ ਨੇ ਰਾਜਨੀਤਿਕ ਦਲਾਂ ਦੇ ਨੁਮਾਇੰਦੇ ਨੇ ਉਹਨਾਂ ਨੇ ਜਿਹੜੀਆਂ ਧਾਂਦਲੀਆਂ ਕੀਤੀਆਂ ਹੋਈਆਂ ਵਾ ਉਹਨਾਂ ਦਾ ਪਰਦਾਫਾਸ਼ ਕੀਤਾ ਜਾਵੇ ਇਹ ਗੱਲ ਉੱਠੀ ਸੀ ਇਹ ਹੋਣਾ ਚਾਹੀਦਾ ਇਹ ਬੜੀ ਜ਼ਬਰਦਸਤ ਗੱਲ ਸੀ ਕਿਉਂਕਿ ਇਹਨੇ ਇਸ ਗੱਲ ਦੀ ਬੜੀ ਜ਼ਬਰਦਸਤ ਮੂਵਮੈਂਟ ਪਕੜੀ ਕਿਉਂਕਿ ਲੋਕਾਂ 'ਤੇ ਉਤਸ਼ਾਹ ਆ ਗਿਆ ਕਿ ਹਾਂ ਹਾਂ ਇਹ ਕਰਦੇ ਨੇ ਇੱਕ ਗੱਲ ਤਾਂ ਸੀ ਨਾ ਲੋਕਪਾਲ ਦੀ ਨਿਯੁਕਤੀ ਨੂੰ ਲੈ ਕੇ ਜਿਹੜਾ ਸੰਘਰਸ਼ ਸੀਗਾ ਉਹ ਗੁਜਰਾਤ ਤੋਂ ਉੱਠ ਕੇ ਜਦੋਂ ਦਿੱਲੀ ਪਹੁੰਚਦਾ ਹੈਗਾ ਰੌਲਾ ਪੈਂਦਾ ਲੋਕਾਂ 'ਚ ਧਾਰਨਾ ਉੱਠੀ ਸੀ ਹਾਂ ਕਰਪਸ਼ਨ ਦੀ ਗੱਲ ਹੋਈ ਸੀ ਉਹ ਜਿਹੜੀ ਕਰਪਸ਼ਨ ਹੋਈ ਸੀ ਉਹ ਕਿਸੇ ਪੀਅਨ ਦੀ ਨਹੀਂ ਸੀਗੀ ਉਹ ਕਰਪਸ਼ਨ ਸੀ ਜਿੱਦਾਂ ਮਨਜੀਤ ਜੀ ਨੇ ਕਿਹਾ ਪ੍ਰੋਫੈਸਰ ਸਾਹਿਬ ਨੇ ਕਿਹਾ ਵੱਡੇ ਲੈਵਲ 'ਤੇ ਜਿਹੜੀ ਕਰਪਸ਼ਨ ਆ ਲੋਕਾਂ ਨੇ ਸੋਚਿਆ ਇਹ ਕਰਪਸ਼ਨ ਹੋ ਰਹੀ ਆ ਇਸ ਗੱਲ ਦੀ ਲੋਕਾਂ 'ਚ ਚੇਤਨਾ ਆਉਂਦੀ ਹੁਣ ਲੋਕਾਂ ਨੂੰ ਬਹੁਤਾ ਬਰੀਕੀ 'ਚ ਇਹਦਾ ਨਹੀਂ ਰਿਹਾ ਪਤਾ ਉਹ ਰਿਹਾ ਇਸ ਲਈ ਕਿਉਂ ਨਹੀਂ ਕਿਉਂਕਿ ਸਾਡਾ 2017 ਦਾ ਪੰਜਾਬ ਦਾ ਇਲੈਕਸ਼ਨ ਦਾ ਮੁੱਦਾ ਬਣਿਆ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਮੁੱਦੇ 'ਚ ਲੋਕਪਾਲ ਦੀ ਮਦਦ ਦਿਖਾ ਦਿਓ ਤੁਸੀਂ ਮੈਨੂੰ ਵੀ ਲੋਕਪਾਲ ਹੋਣਾ ਚਾਹੀਦਾ ਹਾਂ ਉਸ ਤੋਂ ਪਹਿਲਾਂ ਹਰਿਆਣੇ ਦਾ ਇਲੈਕਸ਼ਨ ਹੈ ਦਿੱਲੀ ਦਾ ਇਲੈਕਸ਼ਨ ਹੋਇਆ ਹਾਂ ਜਦੋਂ ਨਹੀਂ ਅਸੀਂ ਕਿਹਾ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਇਹ ਤਾਂ ਸੁਧਾਰ ਕਰਾਂਗੇ 1996 ਵਾਲਾ ਉਸ ਤੋਂ ਬਾਅਦ ਜਿਹੜਾ ਸੁਧਾਰ ਸੀਗਾ ਉਹ ਤਾਂ 2011 ਵਾਲਾ ਐਕਟ ਸੀਗਾ ਲੋਕਪਾਲ ਲੋਕਾਂ ਯੁਗਤ ਲੋਕਪਾਲ ਸੰਸਕ੍ਰਿਤ ਦਾ ਸ਼ਬਦ ਹੈਗਾ ਲੋਕ ਮੀਨਸ ਪ੍ਰਜਾ ਪਾਲ ਮੀਨਸ ਉਹਨਾਂ ਦੀ ਪਾਲਣਾ ਕਰਨਾ ਲੋਕਪਾਲ ਦਾ ਮਤਲਬ ਹੈ ਕਿ ਕਿਵੇਂ ਇਹ ਜਿਹੜਾ ਕਾਨੂੰਨ ਹੈ ਐਕਟ ਹੈਗਾ 2011 ਵਾਲਾ ਇਹ ਲੋਕਾਂ ਨੂੰ ਦੀ ਰੱਖਿਆ ਕਰੇਗਾ ਇਹ ਲੋਕਾਂ ਦੀ ਰੱਖਿਆ ਲੋਕਪਾਲ ਸੰਸਕ੍ਰਿਤ ਦਾ ਸ਼ਬਦ ਹੈ ਹਾਂਜੀ ਅੰਗਰੇਜ਼ੀ ਵਿੱਚ ਇਹਨੂੰ ਓਮਬਡਸਮੈਨ ਕਹਿੰਦੇ ਓਮਬਡਸਮੈਨ ਕਹਿੰਦੇ ਨੇ ਲੋਕਪਾਲ ਤੇ ਲੋਕ ਯੁਕਤ ਐਕਟ ਹੈਗਾ ਇਹਨੂੰ ਸ਼ਾਰਟ 'ਚ ਕਹਿੰਦੇ ਨੇ ਲੋਕਪਾਲ ਐਕਟ ਹੈਗਾ ਇਹ ਲੋਕਪਾਲ ਤੇ ਲੋਕ ਯੁਕਤ ਐਕਟ ਠੀਕ ਹੈ ਠੀਕ ਹੈ ਪ੍ਰੋਫੈਸਰ ਮਨਜੀਤ ਸਿੰਘ ਰੌਣਕੀ ਰਾਮ ਜੀ ਨੇ ਬੜੇ ਵਿਸਤਾਰ 'ਚ ਦੱਸਿਆ ਹੈਗਾ ਹੁਣ ਲੋਕਪਾਲ ਦਾ ਮਤਲਬ ਹੈ ਜਿਹੜਾ ਉਹ ਲੋਕਾਂ ਤੱਕ ਪਹੁੰਚ ਜਾਵੇਗਾ ਸਵਾਲ ਇੱਕ ਨਾਲ ਇਹ ਵੀ ਹੈਗਾ ਜਿਹੜੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਨੇ ਇੱਥੇ ਦਾਅਵਾ ਕੀਤਾ ਹੈਗਾ ਕਿ ਅਸੀਂ ਇਹਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਥੋੜ੍ਹੀ ਜਿਹੀ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਜਾਂ ਉੱਥੇ ਟਿਕੇ ਰਹੀਏ ਵੀ ਕਿਹਨੂੰ ਕਿਹੜੇ ਨੂੰ ਅਹੁਦਾ ਦਿੱਤਾ ਜਾਵੇ ਇੱਥੇ ਦੇਖੋ ਦੋ ਪਾਰਟੀਆਂ ਦੇ ਜਿਹੜੀਆਂ ਮੁੱਖ ਪੰਜਾਬ ਦੀਆਂ ਪਾਰਟੀਆਂ ਚੰਗੀ ਗੱਲ ਹੈ ਕਿ ਦੋਵੇਂ ਰਿਪ੍ਰੈਜ਼ੈਂਟੇਟਿਵ ਬੈਠੇ ਹੋਏ ਆ ਇਹ ਮਾੜੇ ਜਿਹਾ ਲੋਕਾਂ ਨੂੰ ਇਹ ਤੇ ਚਾਨਣਾ ਪਾਉਣ ਕਿ ਜਿਹੜੇ ਪਿੱਛੇ 6 ਲੋਕਪਾਲ ਸੀਗੇ ਉਹਨਾਂ ਨੇ ਹੁਣ ਤੱਕ ਕਿੰਨਿਆਂ ਕੁ ਨੂੰ ਸਜ਼ਾਵਾਂ ਦਿੱਤੀਆਂ ਦਵਾਈਆਂ ਉਹਨਾਂ ਦੀ ਪ੍ਰਫਾ ਕਿੰਨੇ ਕੇਸ ਉਹਨਾਂ ਕੋਲ ਆਏ ਕਿਹੋ ਜਿਹੇ ਕੇਸ ਆਏ ਥੋੜ੍ਹਾ ਜਿਹਾ ਤਾਂ ਚਾਨਣਾ ਤਾਂ ਪਾਉਣ ਅੱਜ ਤੁਸੀਂ ਕਾਰਗੁਜ਼ਾਰੀ ਕੀ ਰਹੀ ਹੈ ਅਤੇ ਤਾਂ ਕਿ ਉੱਥੋਂ ਹੀ ਗੱਲ ਹੁਣ ਨਵੇਂ ਵਾਲੀ ਜਿਹੜਾ ਹੁਣ ਲੱਗ ਰਹੇ ਗਿੱਲ ਸਾਹਿਬ ਉਹਨਾਂ ਦੀ ਨਿਕਲੂਗੀ ਨਾ ਮੈਨੂੰ ਜਿੰਨਾ ਕੁ ਤਜਰਬਾ ਆ ਜਾਂ ਜਿੰਨਾ ਕੁ ਮੈਂ ਦੇਖਿਆ ਕਿ ਜਿਹੜਾ ਲੋਕਪਾਲ ਦਿੱਲੀ ਵਾਲਾ ਲੋਕਪਾਲ ਨਹੀਂ ਸੀ ਉਹ ਜਨ ਲੋਕਪਾਲ ਸੀ ਉਹਦੇ ਵਿੱਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਅਤੇ ਜਿਹੜੇ ਕੁਛ ਰਿਟਾਇਰਡ ਜੱਜ ਚੀਫ ਜਸਟਿਸ ਐਨ ਜੀ ਓ ਕਿੰਨੇ ਜਿਹੜੇ ਲੋਕਾਂ ਦੇ ਲੋਕ ਸੀਗੇ ਉਹਨਾਂ ਨੇ ਉਹਨੂੰ ਜਿਹੜਾ ਨਿਯੁਕਤ ਕਰਨਾ ਸੀ ਸਿਵਲ ਸੁਸਾਇਟੀ ਚੋਂ ਬਣਨਾ ਸਿਵਲ ਸੁਸਾਇਟੀ ਚੋਂ ਬਣਨਾ ਸੀਗਾ ਜਿਹੜੇ ਵਾਕਿਆ ਲੋਕਾਂ ਦਾ ਜਨ ਲੋਕਪਾਲ ਤਾਂ ਹੀ ਉਹਨੂੰ ਕਿਹਾ ਸੀਗਾ ਲੋਕਾਂ ਦਾ ਲੋਕਪਾਲ ਹੁਣ ਉਹ ਤਾਂ ਬਣਿਆ ਨਹੀਂ
ਮੈਨੂੰ ਅਫਸੋਸ ਦੀ ਗੱਲ ਇਹ ਕਹਿਣੀ ਪੈਂਦੀ ਹੈ ਕੇਪੀ ਸਿੰਘ ਕਿ ਜਦੋਂ ਪਹਿਲਾਂ ਤੇ ਦੇਖੋ ਆਮ ਆਦਮੀ ਪਾਰਟੀ ਇਹਦੇ ਤੇ ਦਿੱਲੀ 'ਚ ਆਈ ਸੀ, ਉਹਨਾਂ ਨੇ ਸਾਲ ਇੱਕ ਲਾਤਾ ਇਸ ਨੂੰ ਲਿਆਉਣ ਲਈ, ਜਦੋਂ ਲਿਆਂਦਾ ਉਹਨੂੰ ਅਮੈਂਡ ਕਰਤਾ, ਉਹਨੂੰ ਡਿਲਿਊਟ ਕਰਤਾ, ਤੇ ਜਿਹੜਾ ਥੋੜਾ ਬਹੁਤ ਡਿਲਿਊਟਡ ਪਹੁੰਚਿਆ ਉਹ ਹੁਣ ਉੱਤੇ ਬੀਜੇਪੀ ਸਰਕਾਰ ਜਿਹੜੀ ਸੈਂਟਰ ਗੌਰਮੈਂਟ ਉਹਨੂੰ ਪਾਸ ਨਹੀਂ ਹੋਣ ਦੇ ਰਹੀ, ਉਹਦੇ ਤੇ ਬੈਠ ਕੇ ਧਰਨਾ ਮਾਰ ਕੇ ਬਹਿ ਗਿਆ। ਇਹ ਤੇ ਹੈਗਾ ਦਿੱਲੀ ਦਾ ਹਾਲ ਜਿੱਥੋਂ ਇਹ ਸਾਰੀ ਮੂਵਮੈਂਟ ਚੱਲੀ। ਹੁਣ ਆ ਗਿਆ ਪੰਜਾਬ 'ਚ, ਪੰਜਾਬ ਤੇ ਸਵੈ ਸਾਹਿਬ ਖੁਦ ਹੀ ਕਹਿੰਦੇ ਕਿ ਕੱਖ ਨਹੀਂ ਇਹਦੇ ਟੁੱਥਲੈਸ ਹੈਗਾ ਆ, ਇਹਨੂੰ ਜਰਾ ਜੇ ਥੋੜ੍ਹਾ ਜਿਹਾ ਸੀਮੈਂਟ ਲਾ ਕੇ ਹੋਰ ਮਜ਼ਬੂਤ ਕਰਨ ਦੀ ਲੋੜ ਆ, ਸੀਮੈਂਟ ਸਰੀਆ ਪਾ ਕੇ ਕਰੋ ਜੀ, ਥੋੜ੍ਹਾ ਜਿਹਾ ਇਹਨੂੰ RCC ਬਣਾਓ, ਤਕੜਾ ਬਣਾਓ ਤਾਂ ਕਿ ਲੋਕਾਂ ਨੂੰ ਕੋਈ ਜਸਟਿਸ ਮਿਲੇ। ਠੀਕ ਹੈ ਨਿਰਗਲ ਸਾਹਿਬ, ਤੁਹਾਡੇ ਤੋਂ ਇੱਕ ਆਖਰੀ ਸਵਾਲ ਮੈਂ ਜ਼ਰੂਰ ਕਰਨਾ ਚਾਹੂੰਗਾ। ਅਕਾਲੀ ਦਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੇਲੇ ਸੌਦੇਬਾਜ਼ੀ ਦੇ ਤਹਿਤ ਜਸਟਿਸ ਮਹਿਤਾਬ ਗਿੱਲ ਦਾ ਨਾਮ ਅੱਗੇ ਲਿਆਂਦਾ ਗਿਆ, ਇਹਦਾ ਕੋਈ ਜਵਾਬ ਹੈਗਾ ਤੁਹਾਡੇ? ਸਰ ਦੇਖੋ ਇਦਾਂ ਦੀ ਯਾਨੀ ਕਿ ਮੇਰੀ ਨੌਲੇਜ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਿੱਦਾਂ ਦੀ ਹੈਗੀ ਦੇ ਬਾਰੇ ਤੁਹਾਨੂੰ। ਅਕਾਲੀ ਦਲ ਨੇ ਇਲਜ਼ਾਮ ਲਗਾਇਆ, ਇਹਨਾਂ ਦਾ ਕੰਮ ਹੀ ਹੈਗਾ ਇਲਜ਼ਾਮ ਲਗਾਉਣਾ, ਇਹ ਤਾਂ ਇਲਜ਼ਾਮ ਉਹੀ ਲਗਾਉਂਦੇ ਜਿਹੜੀ ਪਹਿਲਾਂ ਚੀਜ਼ਾਂ ਆਪ ਕਰਦੇ ਰਹੇ ਹੋ ਤੁਸੀਂ, ਜਿੱਦਾਂ ਮਹਿਤਾਬ ਸਿੰਘ ਗਿੱਲ ਤੇ ਇਲਜ਼ਾਮ ਲਗਾਤਾ ਕਿ ਉਹ ਕਾਂਗਰਸ ਦੇ ਨਾਲ ਹੈਗਾ ਤੇ ਆਪਦਾ ਇਹਨਾਂ ਨੇ ਸ਼ੇਖੋ ਸਾਹਿਬ ਨੂੰ ਜਿਹੜਾ ਹੈਗਾ ਉਹ ਬਣਾਇਆ ਸੀ। ਪਰ ਮੈਨੂੰ ਗੱਲ ਕਹਿ ਲੈਂਦੇ, ਮੈਂ ਰੌਣਕੀ ਸਾਹਿਬ ਜੀ ਨਾਲ ਬਿਲਕੁਲ ਸਹਿਮਤ ਹੈਗਾ, 2011 ਤੋਂ ਪਹਿਲਾਂ ਕਿਸੇ ਨੂੰ ਲੋਕਪਾਲ ਬਿੱਲ ਦਾ ਪਤਾ ਹੀ ਹੈ ਨਹੀਂ ਸੀ, ਲੋਕਪਾਲ ਹੁੰਦਾ ਵੀ ਹੈਗਾ, ਲੇਕਿਨ ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਆਈ ਉੱਥੋਂ ਜਾ ਕੇ ਜਿਹੜਾ ਹੈਗਾ ਜਨ ਲੋਕਪਾਲ ਜਿਹੜਾ ਲੋਕਾਂ ਦੇ ਵਿੱਚ ਪਾਪੂਲਰ ਹੋਇਆ। ਔਰ ਬਿਲਕੁਲ ਮਨਜੀਤ ਸਿੰਘ ਜੀ ਸਹੀ ਕਹਿ ਰਹੇ ਆ, ਜੇ ਐਕਚੁਅਲੀ ਲੋਕਪਾਲ ਕਿਉਂਕਿ ਇਹਨੂੰ ਪੈਸਾ ਜਿਹੜਾ ਟੈਕਸ ਪੇਅਰ ਦਾ ਜਾਂਦਾ ਹੈਗਾ, ਸਾਰਾ ਖਰਚਾ ਉੱਥੋਂ ਹੁੰਦਾ ਤੇ ਲੋਕਾਂ ਨੂੰ ਉਹਦਾ ਫਾਇਦਾ ਹੋਣਾ ਚਾਹੀਦਾ, ਜਿਹਦਾ ਫਾਇਦਾ ਹੋਣਾ ਚਾਹੀਦਾ। ਨਕਲੀ ਦੰਦਾਂ ਵਾਲਾ ਜਿਹੜਾ ਹੈਗਾ ਉਹ ਲੋਕਪਾਲ ਕੁਝ ਨਹੀਂ ਕਰ ਸਕਦਾ, ਤੇ ਇਹਨੂੰ ਵਾਕਈ ਉਹ ਸ਼ਕਤੀਆਂ ਦਿਓ ਜਿਹੜੇ ਜਨ ਲੋਕਪਾਲ ਬਿੱਲ ਦੀ ਸ਼ਕਤੀਆਂ। ਤਨਵੀ ਧੱਲੇ ਸਵਾਲ ਲੈ ਲਓ। ਤੁਹਾਨੂੰ ਤਾਂ ਮੁੱਦਾ ਇਹ ਚੁੱਕਣਾ ਚਾਹੀਦਾ ਸੀਗਾ ਲੋਕਪਾਲ ਨੂੰ ਮਜ਼ਬੂਤ ਕਿਵੇਂ ਕੀਤਾ ਜਾਵੇ, ਤੁਸੀਂ ਤਾਂ ਇਹ ਮੁੱਦਾ ਚੱਕ ਰਹੇ ਹੋ ਲੋਕਪਾਲ ਲਾਇਆ ਕਿਹੜਾ ਜਾਵੇ। ਸਹਿਮਤ ਹਾਂ ਉਹ ਲੋਕਪਾਲ ਮਜ਼ਬੂਤ ਹੋਣਾ ਚਾਹੀਦਾ। ਇਹਨਾਂ ਦੀ ਗੱਲ ਦਾ ਮੈਂ ਇੱਕ ਮਿੰਟ ਜਵਾਬ ਦੇ ਦਿਆਂ। ਜਸਟਿਸ ਰਣਜੀਤ ਸਿੰਘ ਲਗਾਏ ਨੇ, ਸਕੇ ਜੀਜਾ ਜੀ ਨੇ ਸੁਖਪਾਲ ਖਹਿਰਾ ਦੇ, ਉਹ ਜੇ ਨਹੀਂ ਹੈਗੇ ਤਾਂ ਦੱਸ ਦੇਣ ਮੇਰੇ ਭਾਈ ਸਾਹਿਬ। ਦੇਖੋ ਸੌਦੇਬਾਜ਼ੀ ਹੋਈ ਹੈ ਵੀ ਇੱਕ ਹੱਥ ਲੈ ਲਾ ਇੱਕ ਭਾਜੀ। ਧੱਲੇਵਾਲ ਸਾਹਿਬ ਮੈਨੂੰ ਇਤਰਾਜ਼ ਹੈ, ਤੁਸੀਂ ਬਹੁਤ ਵੱਡੇ ਇਲਜ਼ਾਮ ਲਾ ਰਹੇ ਹੋ ਸੌਦੇਬਾਜ਼ੀ ਕਿਹੜੇ ਤੋਂ। ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਲੋਕਪਾਲ ਦੀ ਲੋਕਾਂ ਨੂੰ ਪਤਾ ਹੀ ਨਹੀਂ, ਐਵੇਂ ਅਦਾ ਵੀ ਨਹੀਂ ਪਤਾ ਤੇ ਉਹਨਾਂ ਬਾਰੇ ਨੌਲੇਜ ਵੀ ਨਹੀਂ ਹੈ। ਹੁਣ ਅੰਨਾ ਹਜ਼ਾਰੇ ਜੀ ਦੀ ਮੂਵਮੈਂਟ ਤੋਂ ਬਾਅਦ ਪਤਾ ਲੱਗਿਆ, ਪਰ ਉਹ ਜਨ ਲੋਕਪਾਲ ਸੀ, ਇਹ ਲੋਕਪਾਲ ਆ। ਮੈਂ ਵੀ ਇਸ ਗੱਲ ਨਾਲ ਸਹਿਮਤ ਹੁੰਦਾ ਪ੍ਰੋਫੈਸਰ ਸਾਹਿਬ ਦੀ ਕਿ ਲੋਕਪਾਲ ਨੂੰ ਹੋਰ ਤਾਕਤਾਂ ਨੇ ਜਿਹੜੀਆਂ ਮਿਲਣੀਆਂ ਚਾਹੀਦੀਆਂ। ਤੇ ਇੱਕ ਬਹੁਤ ਕੰਟਰੋਵਰਸੀ ਦਾ ਇਹ ਮੰਨਦਾ ਹੈ ਕਿ ਹੁਣ ਤੱਕ ਜਿਹਨੇ ਲੋਕਪਾਲ ਪੰਜਾਬ ਵਿੱਚ ਨਿਯੁਕਤ ਹੋਏ ਆ ਟੋਥਲੈਸ ਸੀ। ਦੇਖੋ ਮੈਂ ਕਿਵੇਂ ਇਸ ਗੱਲ ਨੂੰ ਕਹਿ ਸਕਦਾ ਜੀ, ਮੇਰੀ ਗੱਲ ਨਹੀਂ ਸੁਣਦਾ ਤੁਸੀਂ? ਕਹਿ ਨਹੀਂ ਸਕਦੇ ਪੰਜਾਬ ਦੇ ਪਰਫਾਰਮੈਂਸ ਦੱਸੋਗੇ? ਇਕੱਲੇ ਪੰਜਾਬ ਦੇ ਹੋਏ, ਹਰੇਕ ਸੂਬੇ 'ਚ ਹੋਏ, ਦੋ ਚੀਜ਼ਾਂ ਨੇ, ਹਰੇਕ ਸਟੇਟ 'ਚ ਹੋਏ, ਪੂਰੇ ਮੁਲਕ 'ਚ ਹੋਏ। ਉਹ ਜੋ ਮਨਜੀਤ ਜੀ ਕਹਿ ਰਹੇ ਨੇ, ਪ੍ਰੋਫੈਸਰ ਕਹਿ ਰਹੇ ਨੇ, ਪ੍ਰੋਫੈਸਰ ਸਾਹਿਬ ਨੇ ਬੜਾ ਅੱਛਾ ਸਵਾਲ ਰੇਜ਼ ਕੀਤਾ, ਉਹਦੇ ਦੋ ਪਹਿਲੂ ਹੈ। ਇੱਕ ਤਾਂ ਇਹ ਕਿ ਜਿਹੜੇ ਇਹ ਆਯੋਗ ਨੇ, ਇਹ ਕਮਿਸ਼ਨ ਨੇ, ਇਹ ਕਮਿਸ਼ਨ 'ਚ ਪਾਵਰਫੁਲ ਨਹੀਂ ਹੈਗੇ, ਇਸ ਕਰਕੇ ਨਹੀਂ ਹੈਗੇ ਕਿ ਇਹਨਾਂ ਦੇ ਕੋਲ ਕਾਨੂੰਨੀ ਤੌਰ ਦੇ ਉੱਤੇ ਸੰਵਿਧਾਨਕ ਸ਼ਕਤੀ ਨਹੀਂ ਹੈ, ਨੰਬਰ 1। ਜਾਂ ਇਸ ਕਰਕੇ ਨਹੀਂ ਕਾਮਯਾਬ ਹੈਗੇ ਕਿ ਜਿਹੜੇ ਇਹਨਾਂ ਦੀਆਂ ਸੀਟਾਂ ਦੇ ਉੱਤੇ ਪਦਵੀਆਂ 'ਤੇ ਸ਼ੋਭਤ ਨੇ ਉਹ ਸੰਵਿਧਾਨਕ ਸ਼ਕਤੀ ਨੂੰ ਨਹੀਂ ਵਰਤ ਰਹੇ। ਜੇ ਨਹੀਂ ਵਰਤ ਰਹੇ ਤਾਂ ਫਿਰ ਜੋ ਸਾਡੇ ਅਕਾਲੀ ਦਲ ਦੇ ਨੁਮਾਇੰਦੇ ਆਏ ਨੇ ਮੰਨਯੋਗ, ਉਹ ਕਹਿੰਦੇ ਨੇ ਕਿ ਤੁਸੀਂ ਪੋਲੀਟੀਕਲ ਕਰਦੇ ਨੇ। ਤਾਂ ਲੇਕਿਨ ਜੇ ਉਹ ਸ਼ਕਤੀਆਂ ਹੈਗੀਆਂ ਨੇ ਜੋ ਮਨਜੀਤ ਜੀ ਕਹਿ ਰਹੇ ਆ, ਪ੍ਰੋਫੈਸਰ ਕਹਿ ਰਹੇ ਆ, ਫਿਰ ਇਹਦਾ ਮਤਲਬ ਹੈ ਉਹ ਪੂਰੇ ਤਾਕਤਵਰ ਨਹੀਂ ਹੈਗੇ। ਜੇ ਤਾਕਤਵਰ ਨਹੀਂ ਹੈਗੇ ਤਾਂ ਫਿਰ ਨਵੀਆਂ ਸੰਵਿਧਾਨਕ ਸ਼ਕਤੀਆਂ ਨਾਲ ਉਹਨਾਂ ਨੂੰ ਲੈਸ ਕੀਤਾ ਜਾਵੇ, ਜੋ ਕਹਿ ਰਹੇ ਨੇ ਕਿ RCC ਪਾਈ ਜਾਵੇ। ਇਸ ਲਈ ਉਹ ਟੁੱਥਲੈਸ ਬਿਲਕੁਲ ਨਹੀਂ ਹੈਗੇ, ਇੱਕ ਵਧੀਆ ਸ਼ੁਰੂਆਤ ਹੈਗੀ ਆ। ਜੋ ਪ੍ਰੋਫੈਸਰ ਕਹਿ ਰਹੇ ਨੇ, ਸਿਵਾਜੀ ਜੀ ਨੇ ਉਸ ਗੱਲ ਨੂੰ ਪੂਰਤੀ ਕੀਤੀ ਆ, ਉਹਨਾਂ ਨੂੰ ਸਟਰੋਂਗ ਬਣਾਉਣ ਦੀ ਜ਼ਰੂਰਤ ਹੈ। ਸਟਰੋਂਗ ਬਣਾਉਣਾ ਕਿਵੇਂ? ਉਹ ਕੋਈ ਇੱਦਾਂ ਥੋੜ੍ਹੀ ਹੈਗਾ ਕਿ ਤੁਸੀਂ ਉਹਨੂੰ ਸਟਰੋਂਗ, ਉਹਦੇ 'ਤੇ ਕਾਨੂੰਨੀ ਤੌਰ 'ਤੇ ਕਾਨੂੰਨ ਵੀ ਵਿਧਾਨ ਸਭਾ 'ਚ ਪਾਸ ਹੋਣਾ, ਕਾਨੂੰਨ ਵੀ ਲੋਕ ਸਭਾ 'ਚ ਪਾਸ ਹੋਣਾ, ਉਹਦੇ 'ਚ ਤੁਸੀਂ ਇਹਨਾਂ ਬੰਦਿਆਂ ਨੇ ਜਿਹੜੇ ਬੰਦੇ ਕਹਿ ਰਹੇ ਨੇ ਉਹ ਅਕਾਲੀ ਦਲ ਦੇ ਬੰਦੇ ਨੇ ਜੀ, ਉਹ ਕਾਂਗਰਸੀ ਨੇ ਜੀ, ਉਹ BJP ਨੇ, ਇਹਨਾਂ ਬੰਦਿਆਂ ਨੂੰ ਉੱਥੇ ਬੈਠ ਕੇ ਚਰਚਾ ਕਰਨੀ ਆ। ਇਹ ਬੰਦੇ ਸਾਰੇ ਪੋਲੀਟੀਕਲ ਹੈ। ਤੁਸੀਂ ਹੁਣ ਦੱਸੋ ਜੇ ਇਹਨਾਂ ਦੀ
ਇੱਛਾ ਨਹੀਂ ਹੈਗੀ ਇਹਨੂੰ ਸਟਰੋਂਗ ਕਰਨ ਦੀ ਤਾਂ ਕਾਨੂੰਨ ਸੌਖ ਨਹੀਂ 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 ਉਹ ਤੇ ਸਵੈਜ ਜੀ ਨੇ ਕਹਿਤਾ ਕਿ ਸਟਰੋਂਗ ਕਰਨਾ ਚਾਹੀਦਾ ਤੁਸੀਂ ਇਹ ਕਹਿ ਰਹੇ ਆ ਕਿ ਉਹ ਟਰੁੱਥਲੈਸ ਤੇ ਹੈਗੇ ਪਰ ਜਾਲੀ ਦੰਦ ਆ ਟਰੁੱਥਲੈਸ ਨਹੀਂ ਹੈਗੇ ਜਾਲੀ ਦੰਦ ਆ ਜਿਹੜੇ ਦੰਦ ਤੁਸੀਂ ਹੁਣ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਮੈਨੀਫੈਸਟੋ ਵਿੱਚ ਅਸੀਂ ਪ੍ਰੋਮਿਸ ਕੀਤਾ ਹੋਇਆ ਉਸ ਪ੍ਰੋਮਿਸ ਨੂੰ ਪੂਰਾ ਕਰੋਗੇ ਪੂਰੀ ਕੋਸ਼ਿਸ਼ ਕਰਾਂਗੇ ਜੀ ਪ੍ਰੋਮਿਸ ਪੂਰਾ ਕਰਾਂਗੇ ਅਸੀਂ ਕਿਹੜੇ ਇਜਲਾਸ ਵਿੱਚ ਮੰਨੀਏ ਕਿ ਤੁਸੀਂ ਇਹ ਮੁੱਦਾ ਲੈ ਕੇ ਆਓਗੇ ਦੇਖੋ ਕਿਉਂਕਿ ਹੁਣ ਤਾਂ ਮਸਾ ਹੀ ਮੇਰਾ 4 ਦਿਨ ਦਾ ਹੋਣਾ ਉਹਦੇ ਵਿੱਚ ਆਹ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਚਲੋ ਜ਼ਰੂਰੀ ਬਹੁਤ ਧੰਨਵਾਦ ਸਵੈਸ ਤੁਹਾਡਾ ਨੀਲ ਗਰਗ ਸਰ ਤੁਹਾਡਾ ਤਾਲੀਵਾਲ ਸਰ ਤੁਹਾਡਾ ਪ੍ਰਸਮਨਜੀਤ ਸਿੰਘ ਤੁਹਾਡਾ ਰੌਣਕੀ ਰਾਮ ਜੀ ਤੁਹਾਡਾ ਬਹੁਤ ਧੰਨਵਾਦ ਲੋਕਪਾਲ ਤੇ ਸਵਾਲ ਕਿਉਂ ਲੋਕਪਾਲ ਤੇ ਸਵਾਲ ਇਸ ਕਰਕੇ ਹੈ ਕਿ ਲੋਕਪਾਲ ਹੈ ਜਿਹੜਾ ਉਹ ਤਾਕਤਵਰ ਹੋਣਾ ਚਾਹੀਦਾ ਲੋਕਤੰਤਰ ਜੇ ਤਾਕਤਵਰ ਕਰਨਾ ਜੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੁਲਕ ਭਾਰਤ ਹੈਗਾ ਇਸ ਵਿੱਚ ਜਿਹੜੇ ਸੰਵਿਧਾਨਕ ਸ਼ਕਤੀਆਂ ਵਾਲੇ ਇਹ ਸੰਸਥਾਵਾਂ ਹੈਗੀਆਂ ਅਦਾਰੇ ਹੈਗੇ ਉਹਨਾਂ ਨੂੰ ਤਾਕਤਵਰ ਕਰਨਾ ਪਵੇਗਾ ਤਾਂ ਹੀ ਲੋਕਤੰਤਰ ਮਜ਼ਬੂਤ ਹੋਵੇਗਾ ਤੁਹਾਡੇ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਕਿਉਂਕਿ ਲੋਕਪਾਲ ਲੋਕਾਂ ਦਾ ਕੰਮ ਕਰਦਾ ਹੈਗਾ ਲੋਕਾਂ ਤੱਕ ਹੀ ਨਹੀਂ ਪਹੁੰਚਦਾ ਪਿਆ ਹੈਗਾ ਲੋਕਾਂ ਦੀ ਸੁਰੱਖਿਆ ਵਾਸਤੇ ਹੈ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਵਾਸਤੇ ਹੈਗਾ ਤੁਹਾਨੂੰ ਹੀ ਨਹੀਂ ਪਤਾ ਹੈਗਾ ਤੁਹਾਡੇ ਤੱਕ ਗੱਲ ਜੇ ਸਰਕਾਰਾਂ ਨਹੀਂ ਪਹੁੰਚਾਉਣਗੀਆਂ ਅਸੀਂ ਬੈਠੇ ਹਾਂ ਅਸੀਂ ਤੁਹਾਡੀ ਗੱਲ ਤੁਹਾਡੀ ਆਵਾਜ਼ ਬੰਦੇ ਰਵਾਂਗੇ ਬਹੁਤ ਧੰਨਵਾਦ